ਦਾ ਤੁਹਾਡੇ ਸਿੰਘਾਸਨ ਦੇ ਅੱਗੇ ਆਉਂਦੇ ਤੁਹਾਡਾ ਸਿੰਘਾਸਨ ਲੱਭ ਚੁੱਕਾ ਹੈ। ਪ੍ਰਭੂ ਯੇਸੂ ਤੁਹਾਡੇ ਚਰਨਾਂ ਦੀ ਚੌਕੀ ਵਿੱਚ ਆ। ਮੇਰੇ ਮਹਾਨ ਪਿਤਾ ਪਰਮੇਸ਼ਵਰ ਜੀ, ਆਪਣੇ ਲੋਕਾਂ ਤੇ ਦਇਆ ਕਰੋ ਖੁਦਾ ਦਾ। ਪਿਆਰੇ ਪਿਤਾ ਪਰਮੇਸ਼ਵਰ, ਇਸ ਪਿੰਡ ਵਿੱਚ ਤੁਹਾਡਾ ਭਵਨ ਬਣਿਆ ਹੈ, ਇਸ ਭਵਨ ਦੀ ਖਾਤਰ ਇਸ ਪਿੰਡ ਤੇ ਰਹਿਮ ਕਰੋ। ਇਸ ਪਿੰਡ ਚ ਬਹੁਤ ਸਾਰੇ ਲੋਕਾਂ ਨੂੰ ਸਿਖਾਓ ਖੁਦਾ ਦਾ, ਬਹੁਤ ਸਾਰੇ ਲੋਕ ਬੱਚੇ ਦੇ ਮਾਂ ਨੂੰ ਚਾਹ ਜਾਣ, ਤੁਹਾਡੇ ਅੱਗੇ ਮੱਥਾ ਟੇਕ ਖੁਦਾ ਦਾ। ਅਸੀਂ ਆਪਣੇ ਸਿਰਾਂ ਨੂੰ ਤੁਹਾਡੇ ਅੱਗੇ ਸਮਾਉਂਦੇ ਹਾਂ। ਜਿੰਨੇ ਲੋਕ ਹੁਣ ਤੱਕ ਤੁਹਾਡੀ ਹਜ਼ੂਰੀ ਚ ਆ ਗਏ ਹਨ, ਸਾਰੇ ਉਹਨਾਂ ਦੀ ਮਦਦ ਕਰੋ। ਜਿਹੜਾ ਵੀ ਇਸ ਭਵਨ ਦੇ ਨਾਲ ਜੁੜਿਆ ਹੈ, ਦੇਸਾ ਪਰਦੇਸਾ ਵਿੱਚ ਦੂਰ ਨੇੜੇ ਹੈ, ਪਿਆਰੇ ਪਿਤਾ ਉੱਤੇ ਤੁਹਾਡੀ ਵੱਡੀ ਕਿਰਪਾ ਹੋ ਜਾਏ। ਮੇਰੇ ਪ੍ਰਭੂ ਯੇਸੂ ਮਸੀਹ, ਆਪਣੇ ਲੋਕਾਂ ਤੇ ਦਇਆ ਕਰ, ਆਪਣੇ ਲੋਕਾਂ ਨੂੰ ਵੱਡੀਆਂ ਬਰਕਤਾਂ ਦਿਓ, ਆਪਣੇ ਲੋਕਾਂ ਦੇ ਰਹਿਮ ਦਾ ਫਜ਼ਲ ਕਰੋ ਕਿ ਅੰਤ ਦੇ ਸਮੇਂ ਵਿੱਚ ਅਸੀਂ ਸਾਰੇ ਤੁਹਾਡੀ ਹਜ਼ੂਰ ਵਿੱਚ ਬਣੇ ਰਹੀਏ ਖੁਦਾ ਦਾ, ਤੁਹਾਡੇ ਸਵਰਗ ਰਾਜ ਲਈ ਤਿਆਰੀ ਕਰ ਸਕੀਏ। ਮੇਰੇ ਮਹਾਨ ਪਿਤਾ ਪਰਮੇਸ਼ਵਰ ਜੀ, ਸਾਨੂੰ ਸਭਨਾਂ ਨੂੰ ਦਵਾ ਭਗਤੀ ਵਾਲਾ ਜੀਵਨ ਦਿਓ। ਰਲ ਮਿਲ ਕੇ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਰਹੀਏ। ਅੱਜ ਕੋਈ ਵੀ ਤੁਹਾਡੀ ਹਜ਼ੂਰੀ ਚੋਂ ਖਾਲੀ ਨਾ ਜਾਏ ਖੁਦਾ ਦਾ। ਮੇਰੇ ਪ੍ਰਭੂ ਯੇਸੂ ਮਸੀਹ, ਅੱਜ ਲੋਕਾਂ ਨੂੰ ਵੱਡੀਆਂ ਗਵਾਹੀਆਂ ਦੇ ਨਾਲ ਖੜੇ ਕਰ ਖੁਦਾ ਦਾ। ਜਿਹੜੇ ਬੱਚੇ ਪੜ੍ਹਦੇ ਹਨ ਖੁਦਾ ਦਾ, ਉਹਨਾਂ ਤੇ ਦਇਆ ਕਰ ਖੁਦਾ ਦਾ। ਜੋ ਨੌਜਵਾਨ ਨਸ਼ਿਆਂ ਵਿੱਚ ਰੁੜੇ ਫਿਰਦੇ ਹਨ, ਉਹਨਾਂ ਤੇ ਕਿਰਪਾ ਕਰਕੇ ਉਹਨਾਂ ਨੂੰ ਬਸਾਰਾ ਖੁਦਾ ਦਾ। ਪਿਆਰੇ ਪਿਤਾ ਪਰਮੇਸ਼ਵਰ ਜੀ, ਅਸੀਂ ਖੁਦਾ ਦਾ ਸਾਰਿਆਂ ਦੀਆਂ ਪ੍ਰਾਰਥਨਾ ਦੇ ਨਾਲ ਅੱਗੇ ਆਏ ਹਾਂ ਖੁਦਾ ਦਾ। ਮੇਰੇ ਪਿਆਰੇ ਪਿਤਾ ਪਰਮੇਸ਼ਵਰ, ਜਿਹੜੇ ਭੈਣ ਭਾਈ ਨੇ ਸਾਡੇ ਲਈ ਪ੍ਰਾਰਥਨਾ ਕੀਤੀ ਆ, ਉਹਨਾਂ ਤੇ ਵੀ ਦਇਆ ਕਰ ਖੁਦਾ ਦਾ। ਪਿਆਰੇ ਪਿਤਾ, ਸਾਡੀਆਂ ਪ੍ਰਾਰਥਨਾ ਦੇ ਨਾਲ ਬਹੁਤ ਸਾਰੇ ਲੋਕ ਬਚਾਏ ਜਾਣ, ਤੁਹਾਡੀ ਹਜ਼ੂਰੀ ਵਿੱਚ ਆ ਜਾਣ, ਤੁਹਾਡੇ ਅੱਗੇ ਮੱਥਾ ਟੇਕਣ, ਕਿਉਂਕਿ ਤੁਹਾਡੀ ਬਾਣੀ ਵਿੱਚ ਲਿਖਿਆ ਆ, ਹਰ ਜਵਾਨ ਇਕਰਾਰ ਕਰੇਗੀ, ਹਰ ਬੁੱਢਾ ਨਿਭਾਇਆ ਜਾਵੇਗਾ। ਮੇਰੇ ਪਿਆਰੇ ਪਿਤਾ ਪਰਮੇਸ਼ਵਰ ਜੀ, ਤੁਹਾਡਾ ਸ਼ੁਕਰ ਕਰਦੇ ਹਾਂ। ਪਿਆਰੇ ਪਿਤਾ ਜੀ, ਤੁਹਾਡੇ ਨਾਮ ਦੇ ਵਿੱਚ ਵੱਡੇ ਵੱਡੇ ਕੰਮ ਹੁੰਦੇ ਆ, ਤੁਹਾਡੇ ਨਾਮ ਦੇ ਵਿੱਚ ਲੋਕ ਵੱਡੀਆਂ ਗਵਾਹੀਆਂ ਨਾਲ ਖੜੇ ਹੁੰਦੇ ਆ। ਪਿਆਰੇ ਪਿਤਾ, ਸਾਡੇ ਵਿੱਚ ਕੋਈ ਕੁਰਬੀ ਕੋਈ ਲਿਆਕਤ ਨਹੀਂ ਸੀ, ਤੁਹਾਡੇ ਅਧੀਨ ਹੁੰਦੇ ਆ। ਪਿਆਰੇ ਪਿਤਾ, ਸਾਡੀ ਬੇਨਤੀ ਨੂੰ ਤੁਸੀਂ ਸੁਣੋ, ਕਬੂਲ ਕਰੋ, ਤੁਹਾਡੇ ਵਿੱਚ ਪਵਿੱਤਰ ਨਾਮ ਸਮਾਉਂਦੇ ਹਾਂ। ਆਮੇਨ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਜੀ ਗੁਰੂ ਜੀ ਦੇ ਨਾਮ ਕੇ ਪਰਮੇਸ਼ਰ ਦਾ ਰਾਜ ਮਤ ਕਰਨ ਨੂੰ ਕਰਾਂਗੇ। ਹਾਲੇਲੂਇਆ, ਹਾਲੇਲੂਇਆ। ਰੂਹੇ ਬਾਗੇ ਸਭ ਨਾ ਮਹੀਨਾ ਮਹੀਨਾ ਹੋਵੇਗਾ, ਸਭ
Thank you.
Thank you.
ਲੋਕ ਤੁਹਾਡੇ ਘਰ ਦੇ ਵਿੱਚ ਆਏ, ਇਹਨਾਂ ਨੂੰ ਤੁਸੀਂ ਖੁਦਾਵੰਦ ਆਪਣੇ ਖੁਦਾਵੰਦ ਹਜ਼ੂਰੀ ਵਿੱਚ ਬੜੇ ਜਤਨ ਦੇ ਨਾਲ ਲੈ ਕੇ ਆਇਆ। ਖੁਦਾਵੰਦ ਬੜੇ ਭਾਗਾਂ ਵਾਲੇ ਲੋਕ ਆ ਤੁਹਾਡੀ ਹਜ਼ੂਰੀ ਦੇ ਵਿੱਚੋਂ, ਜਿਨ੍ਹਾਂ ਨੇ ਬਰਕਤ ਪਾ ਕੇ ਜਾਣੀ ਹੈ ਖੁਦਾਵੰਦ, ਇਹਨਾਂ ਦੇ ਘਰ ਚ ਸੁੱਖ ਸ਼ਾਂਤੀ ਆ ਜਾਵੇ ਖੁਦਾਵੰਦ। ਹੁਣ ਜੋ ਵੀ ਗਵਾਹੀਆਂ ਹੁਣ ਤੇਰੀ ਔਰ ਸੇ ਹੋਣ ਖੁਦਾਵੰਦ, ਇਹਨਾਂ ਨੂੰ ਵੱਡੀ ਗਵਾਹੀ ਦੇ ਨਾਲ ਖੜਿਆ ਕਰ ਖੁਦਾਵੰਦ। ਮੇਰੇ ਮਹਾਨ ਪਿਤਾ ਪਰਮੇਸ਼ਵਰ, ਜੋ ਪਾਪ ਜ਼ਰੂਰ ਹੋਵੇ ਤੇਰੀ ਔਰ ਸੇ ਹੋਵੇ ਖੁਦਾਵੰਦ, ਅਸੀਂ ਸਭ ਰਲ ਮਿਲ ਕੇ ਬਰਕਤ ਪਾਈਏ ਖੁਦਾਵੰਦ। ਸਾਡੀ ਬੇਨਤੀ ਨੂੰ ਤੁਸੀਂ ਸੁਣ ਲਿਆ ਕਬੂਲ ਕੀਤਾ, ਤੁਹਾਡੇ ਪਿਤਾ ਪਵਿੱਤਰ ਨਾਮ ਸਮਝਦੇ
ਚੱਲ ਉਹਨਾਂ ਦੀ ਤੇਲ ਵਾਸਤੇ ਦਿੱਤਾ ਹਾਂ ਕਿੰਨੇ ਸਾਲ 40 ਸਾਲ ਉਹਨਾਂ ਲਈ ਬੰਦਾ ਆਕਾਸ਼ ਨੂੰ ਉਤਰਦਾ ਗਿਆ ਹਾਲੇਲੂਯਾ ਪਾਣੀ ਮੰਗਿਆ ਪਾਣੀ ਚਟਾਨਾਂ ਚੋਂ ਸੁੱਕੀਆਂ ਚਟਾਨਾਂ ਚੋਂ ਪਥਰੀਲੀ ਢਿੱਗ ਚੋਂ ਪਾਣੀ ਲਿਖਿਆ ਉਹਨਾਂ ਲਈ ਵਗ ਨਿਕਲਦਾ ਸੀ ਖੁਦਾ ਦਿੰਦਾ ਸੀ ਉਹਨਾਂ ਨੂੰ ਅਸੀਂ ਵਸਤਰਾਂ ਦੇ ਨਾਲ ਇੱਕ ਸਾਲ ਜਾਂ ਦੋ ਮਹੀਨੇ ਕੱਢਦੇ ਹਾਂ ਰੋਜ਼ ਧੋਨੇ ਸਾਫ ਕਰਦੇ ਹਾਂ ਬਾਈਬਲ ਚ ਲਿਖਿਆ 40 ਸਾਲ ਉਹਨਾਂ ਦੇ ਵਸਤਰ ਪੁਰਾਣੇ ਨਹੀਂ ਹੋਏ ਪੁਰਾਣੇ ਨਹੀਂ ਹੋਏ ਵਸਤਰ ਜਿਹੜੇ ਸੀ ਸੂਟ ਲੀੜੇ ਜਿਹੜੇ ਉਹਨਾਂ ਦੇ ਪਾਏ ਸੀ ਉਹਨਾਂ ਦੇ ਪੁਰਾਣੇ ਨਹੀਂ ਹੋਏ ਲਿਖਿਆ ਉਹਨਾਂ ਦੇ ਪੈਰ ਨਹੀਂ ਸੁੱਜੇ 40 ਸਾਲ ਸਫ਼ਰ ਕਰਦੇ ਰਹੇ ਚੱਲਦੇ ਰਹੇ ਉਹਨਾਂ ਦੇ ਪੈਰ ਨਹੀਂ ਸੁੱਜੇ ਉਹਨਾਂ ਦੀਆਂ ਜੁੱਤੀਆਂ ਦੀ ਹੱਡੀਆਂ ਟੁੱਟੀਆਂ ਕਿਉਂ ਕਿਉਂਕਿ ਪਰਮੇਸ਼ੁਰ ਦੀ ਇੱਛਾ ਨੂੰ ਜਦੋਂ ਪੂਰਾ ਕਰਕੇ ਚੱਲਦੇ ਸੀ ਉਹਦੀ ਮਰਜ਼ੀ ਦੇ ਨਾਲ ਚੱਲਦੇ ਸੀ ਕਦੀ ਕਦੀ ਏਦਾਂ ਹੁੰਦਾ ਸੀਗਾ ਇੱਕੋ ਹੀ ਰਾਤ ਤੰਬੂ ਲਾਉਂਦੇ ਸੀ ਤੇ ਖੁਦਾ ਕਹਿੰਦਾ ਸੀ ਚਲੋ ਪੱਟੋ ਤੇ ਅੱਗੇ ਚਲੋ ਹਾਲੇਲੂਯਾ ਕਦੀ ਕਦੀ ਉਹਨਾਂ ਨੂੰ ਮਹੀਨਾ ਜਾਂ 4 ਦਿਨ ਜਾਂ 10 ਦਿਨ ਕਈ ਵਾਰੀ ਲੱਗਦੇ ਸੀ ਕਦੀ ਕਦੀ ਰਾਤ ਲਾਉਂਦੇ ਲਾਉਂਦੇ ਹਜੇ ਤਿਆਰੀ ਨਹੀਂ ਸੀ ਹੁੰਦੀ ਸੁਬਾਹ ਫਿਰ ਖੁਦਾ ਦਾ ਆਤਮਾ ਤੁਰ ਪੈਂਦਾ ਸੀ ਜੋ ਮਗਰੇ ਹੀ ਚੱਲ ਪੈਂਦੇ ਸੀ ਹਾਲੇਲੂਯਾ ਇਸੇ ਤਰ੍ਹਾਂ ਉਹ ਕਹਿੰਦੇ ਆ ਕਿ ਹੇ ਪ੍ਰਭੂ ਤੂੰ ਸਾਨੂੰ ਸਿਖਾਲ ਅਸੀਂ ਕੀ ਕਰੀਏ ਕਿੱਦਾਂ ਚੱਲੀਏ ਕਿੱਦਾਂ ਤੇਰੀ ਮਰਜ਼ੀ ਨੂੰ ਪੂਰਾ ਕਰੀਏ ਹਾਲੇਲੂਯਾ 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 ਜ਼ਬੂਰ 25 ਉਹਦੀ 4-5 ਹੈ ਜ਼ਬੂਰ 25 ਦੇ ਆਏ ਉਹਦੀ 4-5 ਹੈ ਸੁਣੀ ਆਪਣੇ ਰਾਹ ਮੈਨੂੰ ਸਿਖਾਲ ਆਪਣੇ ਮਾਰਗ ਮੈਨੂੰ ਸਿਖਾਲ ਆਪਣੀ ਸੱਚਾਈ ਵਿੱਚ ਮੇਰੀ ਕੀ ਕਰ ਅਗਵਾਹੀ ਕਰ ਹਾਲੇਲੂਯਾ ਆਪਣੇ ਰਾਹ ਮੈਨੂੰ ਦਿਖਾ ਆਪਣੇ ਮਾਰਗ ਤੇ ਚੱਲਣਾ ਮੈਨੂੰ ਸਿਖਾਲ ਹਾਲੇਲੂਯਾ ਪੂਰੀ ਸੱਚਾਈ ਵਿੱਚ ਮੇਰੀ ਕੀ ਕਰ ਅਗਵਾਹੀ ਕਰ ਨਿਗਾਹਬਾਨੀ ਕਰ ਕਿਉਂਕਿ ਦੌਲਤ ਕਹਿੰਦਾ ਮੈਂ ਖਰਾ ਹੀ ਚੱਲਿਆ ਮੈਂ ਕਿੱਦਾਂ ਚੱਲਿਆ ਹਾਂ ਖਰਾ ਹੀ ਨੇਕ ਹੀ ਚੱਲਿਆ ਕਿਉਂਕਿ ਤੇਰਾ ਨੇਕ ਆਤਮਾ ਮੇਰੀ ਅਗਵਾਈ ਕਰਦਾ ਹੈ ਉਹ ਮੈਨੂੰ ਚੱਲਣਾ ਸਿਖਾਉਂਦਾ ਹੈ ਤੇਰਾ ਆਤਮਾ ਮੈਨੂੰ ਡੋਲਣ ਨਹੀਂ ਦਿੰਦਾ ਜਦੋਂ ਮੇਰੇ ਤੇ ਬਿਪਤਾ ਆਉਂਦੀ ਮੈਂ ਤੈਨੂੰ ਪੁਕਾਰਦਾ ਤੇ ਤੂੰ ਮੈਨੂੰ ਉੱਤਰ ਦਿੰਦਾ ਹੈ ਕਿਉਂਕਿ ਹਰ ਪਲ ਹਰ ਵਕਤ ਦੌਦ ਹੀ ਕਹਿੰਦਾ ਹੈ ਕਿ ਮੈਨੂੰ ਸਿਖਾਲ ਮੈਂ ਕਿਵੇਂ ਤੇਰੀ ਮਰਜ਼ੀ ਨੂੰ ਪੂਰਾ ਕਰਾਂ ਤੇਰੀ ਇੱਛਾ ਨੂੰ ਕਿਵੇਂ ਪੂਰਾ ਕਰਾਂ ਜਿਹੜੇ ਬੱਚੇ ਆਪਣੇ ਮਾਂ ਬਾਪ ਦੀ ਇੱਛਾ ਨੂੰ ਸਮਝਦੇ ਉਹਨਾਂ ਦੀ ਮਰਜ਼ੀ ਨੂੰ ਪੂਰਾ ਕਰਦੇ ਉਹਨਾਂ ਦੇ ਆਖਾ ਮੰਨਦੇ ਆ ਬੱਚਿਆਂ ਨੂੰ ਕਹਿਣ ਦੀ ਜ਼ਰੂਰਤ ਨਹੀਂ ਮੈਨੂੰ ਇਸ ਚੀਜ਼ ਦੀ ਜ਼ਰੂਰਤ ਹੈ ਆਹ ਵਸਤੂ ਦੀ ਜ਼ਰੂਰਤ ਆ ਮਾਂ ਬਾਪ ਦੇ ਮਨ ਵਿੱਚ ਆਪਣੇ ਆਪ ਹੀ ਆਉਂਦਾ ਕਿ ਮੈਂ ਇਹਨਾਂ ਦੇ ਕੀ ਕਰਨਾ ਹੈ ਹਾਲੇਲੂਯਾ ਉਹ ਪਰਮੇਸ਼ੁਰ ਸਾਡਾ ਪਿਤਾ ਹੈ ਜਦ ਅਸੀਂ ਉਹਦੀ ਮਰਜ਼ੀ ਤੇ ਚੱਲਾਂਗੇ ਉਹਦੀ ਮਰਜ਼ੀ ਨੂੰ ਪੂਰਾ ਕਰਾਂਗੇ
ਉਹਦੀ ਇੱਛਾ ਨੂੰ ਸਮਝਾਂਗੇ, ਸਾਡਾ ਮਨ ਪਰਮੇਸ਼ਰ ਨਾਲ ਬਣ ਜਾਏਗਾ, ਤਾਂ ਪਰਮੇਸ਼ਰ ਤੁਹਾਡੇ ਮੂੰਹ ਤੋਂ ਬੋਲਣ ਤੋਂ ਪਹਿਲਾਂ ਹੀ ਉਹ ਸੁਣੇਗਾ ਤੇ ਉੱਧਰ ਦੇਵੇਗਾ। ਕਿਉਂਕਿ ਵਚਨ ਚ ਲਿਖਿਆ ਤੁਸੀਂ ਗੱਲਾਂ ਹੀ ਕਰਦੇ ਹੋਵੋਗੇ, ਮੈਂ ਤੁਹਾਨੂੰ ਉੱਤਰ ਦੇਵਾਂਗਾ। ਤੁਸੀਂ ਜਿਸ ਕੰਮ ਬਾਰੇ ਸੋਚਦੇ ਹੋਵੋਗੇ, ਜਿਸ ਕੰਮ ਬਾਰੇ ਵਿਚਾਰ ਹੀ ਕਰਦੇ ਹੋਵੋਗੇ, ਖੁਦਾ ਉਹ ਤੋਂ ਵੱਧ ਕੇ ਤੁਹਾਡੇ ਲਈ ਪੂਰਾ ਕਰੇਗਾ। ਹਾਲੇਲੂਇਆ ਹਾਲੇਲੂਇਆ, ਕਿਉਂਕਿ ਉਹ ਪਰਮੇਸ਼ਰ ਹੈ। ਤੇਰੇ ਕੋਲ ਹੈ, ਤੇਰੇ ਤੋਂ ਬਿਨਾਂ ਮੈਨੂੰ ਕੋਈ ਬਚਾਉਣ ਵਾਲਾ ਹੀ ਨਹੀਂ ਹੈ। ਹਾਲੇਲੂਇਆ। ਗਿਣਤੀ ਦੀ ਕਿਤਾਬ ਪੁਸਤਕ ਗਿਆਨਤ ਹੈ, ਉਹਦੇ 17 ਆਏ ਨੇ। ਗਿਣਤੀ 11 ਦੇ ਆਏ, ਉਹਦੇ 17 ਆਏ ਪੜ੍ਹੀ ਸੁਣੀਏ। ਮੈਂ ਉੱਤਰ ਕੇ ਉੱਥੇ ਤੇਰੇ ਨਾਲ ਕੀ ਕਰਾਂਗਾ ਗੱਲ। ਕਿੱਥੇ? ਜਦੋਂ ਮੂਸਾ ਪਰੇਸ਼ਾਨ ਹੋ ਗਿਆ, ਉਹਨਾਂ ਲੋਕਾਂ ਨੇ ਮੂਸਾ ਦੇ ਕੋਲੋਂ ਰੋਟੀ ਮੰਗੀ, ਉਹਨਾਂ ਮੂਸਾ ਦੇ ਕੋਲੋਂ ਪਾਣੀ ਮੰਗਿਆ, ਉਹਨਾਂ ਮੂਸਾ ਦੇ ਕੋਲੋਂ ਮਾਸ ਮੰਗਿਆ, ਮੀਟ ਮੰਗਿਆ ਕਿ ਸਾਨੂੰ ਮੀਟ ਦੇ ਖਾਣ ਦੇ ਲਈ। ਥੋੜੇ ਲੋਕ ਨਹੀਂ ਹੈ। ਰਾਤੀ ਮੈਨੂੰ ਕੁਛ ਬੱਚੇ ਭੈਣਾਂ ਮੇਰੀਆਂ ਪੁੱਛ ਰਹੀਆਂ ਸੀ, ਸੇਵਾਦਾਰ ਜਿਹੜੇ ਸੇਵਾ ਕਰਨ ਵਾਸਤੇ ਪੁੱਛ ਰਹੇ ਸੀ ਕਿੰਨਾ ਕੁ ਇੰਤਜ਼ਾਮ ਕਰੀਏ। ਹਾਲੇਲੂਇਆ। ਕਿੰਨੇ ਸਮੋਸੇ ਲਿਆਈਏ? ਮੈਂ ਕਿਹਾ ਵੀ 70-80 ਕਰੀਬਨ ਲੈ ਆਓ, ਤੇ ਜੇ ਡਬਲ ਦੇਣੇ ਆ ਤੇ ਫਿਰ ਜ਼ਿਆਦਾ ਲੈ ਆਓ। ਹਾਲੇਲੂਇਆ। ਜੇ ਇਹ ਕਿ ਇਹਨਾਂ ਦੇ ਵਿੱਚ 70-80 ਬਹੁਤ ਹੈ। ਹਾਲੇਲੂਇਆ। ਡਰੋ ਨਾ, ਇੱਕ ਨਹੀਂ ਦੋ ਦੋ ਮਿਲਣਗੇ। ਜਿੱਦਾਂ ਤਾਂ ਮਨ ਚ ਧਾਰ ਕੇ ਵੇਚੀ ਨਾ ਵੀ ਦੋ ਦੋ ਖਾਣੇ ਦੋ ਦੋ ਹੀ ਮਿਲਣਗੇ। ਹਾਲੇਲੂਇਆ। ਉਹ ਲੋਕ ਕਹਿੰਦੇ ਮੀਟ ਦੇ, ਹਨਾ, ਰੋਟੀ ਦੇ। ਮੂਸਾ ਨੂੰ ਕਹਿੰਦੇ ਆ, ਖੁਦਾ ਨੂੰ ਨੀ ਕਹਿੰਦੇ। ਕਿਹਨੂੰ ਕਹਿੰਦੇ? ਮੂਸਾ ਨੂੰ। ਮੂਸਾ ਪਰੇਸ਼ਾਨ ਹੋ ਗਿਆ, ਪ੍ਰਭੂ ਨੂੰ ਕਹਿੰਦਾ, ਪ੍ਰਭੂ ਹੇ ਪਿਤਾ ਪਰਮੇਸ਼ਰ, ਕਿੱਥੋਂ ਮੈਂ ਇਹਨੇ ਲੋਕਾਂ ਨੂੰ ਮੀਟ ਦਵਾਂ, ਕਿੱਥੋਂ ਇਹਨਾਂ ਨੂੰ ਮੱਛੀ ਦਵਾਂ? 6000 ਮਰਦ ਹੈ, ਹੁਣ ਹਿਸਾਬ ਲਾ ਲਓ ਬੱਚੇ ਤੇ ਔਰਤਾਂ ਪਾ ਕੇ ਕਿੰਨੇ ਲੋਕ ਹੋਣਗੇ। ਪੱਚੀ ਤੀਹ ਲੱਖ ਤੋਂ 6 ਲੱਖ ਲੋਕ ਹੈ ਜਿਹੜੇ ਮਰਦ, ਤੇ ਜੇ ਅਸੀਂ ਬੱਚੇ ਤੇ ਔਰਤਾਂ ਪਾਈਏ ਤੇ ਫਿਰ ਬਾਈਬਲ ਦੇ ਅਨੁਸਾਰ ਅਸੀਂ ਉਹਦਾ ਜੋੜ ਲਾਈਏ ਤੇ 25-30 ਲੱਖ ਤੋਂ ਉੱਪਰ ਲੋਕ ਬਣਦੇ ਆ। ਤੇ ਮੂਸਾ ਡਰ ਗਿਆ ਜਦੋਂ ਨਾ ਮੀਟ ਮੰਗਿਆ। ਮੂਸਾ ਡਰ ਗਿਆ, ਕਿੱਥੋਂ ਮੀਟ ਦਵਾਂ? ਇਹਨਾਂ ਦਾ ਤੇ ਇੱਕ ਡੰਗ ਹੀ ਪੂਰਾ ਕਰਨਾ ਹੋਇਆ ਤਾਂ ਸਾਰਾ ਇੱਜੜ ਖਤਮ ਹੋ ਜਾਏਗਾ। ਜਿਹੜਾ ਮਾਲ ਡੰਗਰ ਲੈ ਕੇ ਚੱਲੇ ਸਭ ਕੀ ਹੋ ਜਾਏਗਾ?
ਖਤਮ। ਮੂਸਾ ਪਰਮੇਸ਼ਰ ਦੇ ਨਾਲ ਗੱਲਬਾਤ ਕਰਨ ਲੱਗਾ, ਪਰਮੇਸ਼ਰ ਨੂੰ ਕਹਿਣ ਲੱਗਾ, ਹੇ ਪਰਮੇਸ਼ਰ ਕੀ ਇਹਨਾਂ ਨੂੰ ਮੈਂ ਹੀ ਜੰਮਿਆ ਹੈ, ਮੈਂ ਹੀ ਜਨਮ ਦਿੱਤਾ ਹੈ, ਮੈਂ ਇਹਨਾਂ ਨੂੰ ਆਪਣੀ ਛਾਤੀ ਤੇ ਚੁੱਕੀ ਫਿਰਾਂ। ਮਤਲਬ ਇਹ ਨਹੀਂ ਕਿ ਉਹਨਾਂ ਨੂੰ ਉਹ ਘਰੇੜਿਆਂ ਤੇ ਚੱਕੀ ਫਿਰਦਾ ਜਾਂ ਛਾਤੀ ਤੇ ਚੱਕੀ ਫਿਰਦਾ, ਨਹੀਂ। ਮੂਸਾ ਕਹਿੰਦਾ ਮੈਂ ਦਿਨ ਰਾਤ ਇਹਨਾਂ ਦੀ ਬੋਝ ਰੱਖ ਕੇ ਤੇਰੇ ਘੜੀ ਅਰਜ਼ਾਂ ਬੇਨਤੀਆਂ ਕਰਦਾ, ਕਿੱਥੋਂ ਮੈਂ ਇਹਨਾਂ ਨੂੰ ਮੱਛੀ ਦੇਵਾਂ, ਕਿੱਥੋਂ ਇਹਨਾਂ ਨੂੰ ਮੀਟ ਦੇਵਾਂ। ਜੇ ਬੱਚੇ ਬਾਪ ਦੇ ਕੋਲੋਂ ਮੰਗਦੇ ਤੇ ਉਹਨੂੰ ਉਹ ਕਰਨਾ ਪੈਂਦਾ ਹੈ ਜਦੋਂ ਜਿੱਦ ਕਰਦੇ ਹੈ ਨਾ। ਹਾਲੇਲੂਯਾ, ਕਿੱਥੋਂ ਕਹਿੰਦਾ ਦੇਵਾਂ। ਖੁਦਾ ਨੇ ਆਖਿਆ ਮੂਸਾ ਮੈਂ ਦੇਵਾਂਗਾ ਇਹਨਾਂ ਨੂੰ ਮੀਟ। ਮੂਸਾ ਨੂੰ ਖੁਸ਼ ਹੋਣਾ ਚਾਹੀਦਾ ਨਾ, ਬੋਲੋ, ਜਦੋਂ ਖੁਦਾ ਨੇ ਆਖਿਆ ਮੈਂ ਦੇਵਾਂਗਾ। ਹਾਲੇਲੂਯਾ, ਹਾਲੇਲੂਯਾ, ਇਹਦੇ ਖੁਦਾ ਨੇ ਆਖਿਆ ਮੈਂ ਉਤਰਾਂਗਾ, ਮੈਂ ਗੱਲ ਕਰਾਂਗਾ ਤੇਰੇ ਨਾਲ। ਅਗਲੀਆਂ ਲਾਈਨਾਂ ਪੜ੍ਹਦੇ ਤੇ ਲਿਖਿਆ ਮੈਂ ਇਹਨਾਂ ਨੂੰ ਮੀਟ ਦੇਵਾਂਗਾ। ਮੂਸਾ ਨੂੰ ਖੁਸ਼ ਹੋਣਾ ਚਾਹੀਦਾ ਸੀ, ਬੋਲੋ, ਉੱਚੀ ਬੋਲੋ, ਖੁਸ਼ ਹੋਇਆ, ਹਾਂਜੀ ਬੋਲੋ, ਖੁਸ਼ ਹੋਇਆ ਕਿ ਇਤਰਾਜ਼ ਹੋਇਆ। ਆਵਾਜ਼ ਨਹੀਂ ਆ ਰਹੀ, ਪਹਿਲਾਂ ਵੀ ਪਰੇਸ਼ਾਨ ਸੀ ਤੇ ਹੁਣ ਜ਼ਿਆਦਾ ਪਰੇਸ਼ਾਨ ਹੋ ਗਿਆ। ਜਦੋਂ ਖੁਦਾ ਨੇ ਕਿਹਾ ਮੈਂ ਮੀਟ ਦੇਵਾਂਗਾ, ਇੱਕ ਦਿਨ ਨਹੀਂ, ਦੋ ਦਿਨ ਨਹੀਂ, ਦਸ ਦਿਨ ਨਹੀਂ, ਵੀਹ ਦਿਨ ਨਹੀਂ, ਪੂਰਾ ਮਹੀਨਾ ਬਾਰੇ ਖਾਣਗੇ। ਮੂਸਾ ਡਰ ਗਿਆ, ਕਹਿੰਦਾ ਪ੍ਰਭੂ ਇੱਜੜ ਖਤਮ ਹੋ ਜਾਏਗਾ ਤਾਂ ਵੀ ਪੂਰਾ ਨਹੀਂ ਹੋਣਾ। ਪਹਿਲਾਂ ਦੋ ਦਿਨਾਂ ਚ ਇੱਜੜ ਖਤਮ ਕਰ ਦੇਣਾ, ਸਮੁੰਦਰ ਦੀਆਂ ਮੱਛੀਆਂ ਮੁੱਕ ਜਾਣਗੀਆਂ। ਹਾਲੇਲੂਯਾ, ਇੰਨੇ ਚਿਰ ਦੇ ਚੱਲੇ ਹੋਏ ਹੋ ਸਕਦਾ, ਪਤਾ ਨੀ ਦਸ ਸਾਲ ਹੋ ਗਿਆ ਤੁਰਿਆ ਨੂੰ ਕਿ 40 ਸਾਲ ਦਾ ਸਫ਼ਰ ਹੈ ਨਾ, ਪਤਾ ਨੀ 10 ਸਾਲ ਹੋ ਗਏ, 5 ਸਾਲ ਹੋ ਗਏ, ਇੰਨੇ ਚਿਰ ਦੇ ਮੀਟ ਮੱਛੀ ਖਾਧਾ ਨੀ, ਤੇ ਜਦੋਂ ਇੱਕ ਵਾਰੀ ਗਾੜੀ ਇਹਨਾਂ ਨੇ ਰੱਖਿਆ ਨਾ ਤੇ ਪੂਰਾ ਪੂਰਾ ਹੀ ਚੱਕ ਜਾਣਾ। ਹਾਲੇਲੂਯਾ, ਕਿੱਥੋਂ ਦੇਵਾਂ ਇਹਨਾਂ ਨੂੰ। ਹੋਰ ਡਰ ਗਿਆ, ਹੋਰ ਪਰੇਸ਼ਾਨ ਹੋ ਗਿਆ, ਕਿਹਦਾ ਪ੍ਰਭੂ ਗਲਤੀ ਤੇ ਨਹੀਂ ਹੋ ਗਈ ਤੇਰੇ ਤੋਂ ਕਹਿਣ ਚ। ਹਾਲੇਲੂਯਾ, ਹਾਲੇਲੂਯਾ, ਖੁਦਾ ਕਹਿੰਦਾ ਮੂਸਾ ਮੇਰਾ ਹੱਥ ਛੋਟਾ ਹੋ ਗਿਆ ਕਿ ਮੈਂ ਬਚਾਵਾਂ ਨਾ। ਹਾਲੇਲੂਯਾ, ਤੂੰ ਦੇਖੇਗਾ ਇੱਕ ਦਿਨ ਲਈ, ਜਦ ਤੱਕ ਇਹਦਾ ਮੀਟ ਇਹਨਾਂ ਦੇ ਲਿਖੋ ਨਹਾਉਣਾ ਨਾ ਹੋ ਜਾਏ। ਇਹਨਾਂ ਨੇ ਮੀਟ ਦਾ ਨਾਂ ਲੈ ਕੇ ਬੁੜ ਬੁੜ ਕੀਤਾ, ਇਹਨਾਂ ਨੇ ਮੀਟ ਦਾ ਨਾਂ ਲੈ ਕੇ ਮੈਨੂੰ ਨਿਕੰਮਾ ਜਾਣਿਆ, ਜਿਹੜਾ ਮੈਨੂੰ ਗੁਲਾਮੀ ਚੋਂ ਕੱਢ ਕੇ ਲਿਆਇਆ, ਇਹਨਾਂ ਨੇ ਅੱਜ ਮੇਰਿਆਂ ਨੂੰ ਮੂੰਹ ਨਹੀਂ ਮੇਰਿਆਂ ਨੂੰ ਕੱਢ ਕੀਤੀ ਹੈ। ਇੱਕ ਮਹੀਨਾ ਖਾਣਗੇ ਇਹਨਾਂ ਦੇ, ਇਹਨਾਂ ਮੀਟ ਤੋਂ ਘਿਰਨਾ ਕਰਨਗੇ, ਘਿਰ ਕਰਨਗੇ ਕਿ ਮੀਟ ਨੂੰ ਅਸੀਂ ਖਾਣਾ ਹੀ ਨਹੀਂ ਹੋਣਾ। ਹਾਲੇਲੂਯਾ, ਅਸੀਂ ਜਿਹੜੀ ਚੀਜ਼ ਨੇ ਸਾਡਾ ਜ਼ਿਆਦਾ ਮਨ ਕਰਦਾ ਨਾ, ਇੱਕ ਦੋ ਦਿਨ ਅਸੀਂ ਖਾ ਲਈਏ ਨਾ ਤੇ ਫਿਰ ਤੇ ਕਹਿੰਦੇ ਨਹੀਂ ਅੱਜ ਕੁਛ ਹੋਰ ਬਣਾਓ। ਇੱਦਾਂ ਹੀ ਹੁੰਦਾ ਨਾ, ਬੋਲੋ, ਇੱਦਾਂ ਹੀ ਹੁੰਦਾ ਕਿ ਨਹੀਂ। ਸਦਾ ਹੀ ਥੋੜੀ ਮੀਟ ਕਰਦੇ। ਹਾਲੇਲੂਯਾ, ਹਾਲੇਲੂਯਾ। ਔਰ ਜਦ ਨੇ ਪਰਜਾ ਦੇ ਲਈ ਗੱਲ ਕੀਤੀ ਤੇ ਪਰਮੇਸ਼ਰ ਨੇ ਆਖਿਆ ਮੈਂ ਉਤਰਾਂਗਾ, ਉਹ ਕਹਿੰਦਾ ਕਿੱਦਾਂ ਇਹਨਾਂ ਨੂੰ ਮੈਂ ਚੱਕੀ ਫਿਰਾਂ ਕਿ ਮੈਂ ਇਹਨਾਂ ਨੂੰ ਜਨਮ ਦਿੱਤਾ ਹੈ। ਖੁਦਾ ਮੈਂ ਤੂੰ ਆਖਿਆ ਕੱਢ ਕੇ ਲਿਆ, ਮੈਂ ਤੇ ਆਉਣਾ ਹੀ ਨਹੀਂ ਸੀ ਚਾਹੁੰਦਾ, ਤੂੰ ਆਖਿਆ ਕੱਢ ਕੇ ਲਿਆ, ਮੈਂ ਆਇਆ ਹੈ, ਹੁਣ ਮੇਰੇ ਦੇ ਲਈ ਵੱਡਾ ਬੋਝ ਬਣ ਗਿਆ ਹੈ। ਹਾਲੇਲੂਯਾ, ਖੁਦਾ ਕਹਿੰਦਾ ਮੈਂ ਉਤਰਾਂਗਾ, ਤੂੰ ਕੱਲਾ ਨਹੀਂ ਭਾਰ ਚੱਕੇਗਾ ਇਹਨਾਂ ਦਾ, ਵਿੱਚੋਂ ਲੋਕਾਂ ਨੂੰ ਖੜੇ ਕਰ। ਜੋ ਮੈਂ ਤੈਨੂੰ ਆਤਮਾ ਦਿੱਤਾ ਹੈ, ਜੋ ਮੈਂ ਤੇਰੇ ਤੇ ਮੱਸਾ ਦਿੱਤਾ ਹੈ, ਤੇਰੇ ਮੱਸਾ ਤੋਂ ਲੈ ਕੇ ਮੈਂ ਦੂਜਿਆਂ ਦੇ ਉੱਤੇ ਦੇਵਾਂਗਾ, ਉਹ ਤੇਰੇ ਨਾਲ ਭਾਰ ਹਲਕਾ ਕਰਾਉਣਗੇ, ਉਹ ਤੇਰੇ ਨਾਲ ਮਿਲ ਕੇ ਚੱਲਣਗੇ,
ਹਲੇਲੂਯਾ 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 ਚਾਹੁੰਦੇ ਹੋ ਕਿ ਜਿਹੜਾ ਪਾਸਾ ਸੇਵਕਾਂ ਦੇ ਕੋਲ ਹੈ ਤੁਹਾਡੇ ਕੋਲ ਵੀ ਹੋਵੇ ਹਾਂਜੀ ਯਿਸੂ ਨੇ ਆਪਣਾ ਪਾਸਾ ਪਰਮੇਸ਼ਵਰ ਤੋਂ ਸਾਬਤ ਲੈ ਕੇ ਚੇਲਿਆਂ ਵਿੱਚ ਦਿੱਤੀ ਹਨਾ ਹਲੇਲੂਯਾ ਹਲੇਲੂਯਾ ਆਉਣ ਵਾਲੇ ਦਿਨਾਂ ਚ ਅੱਜ ਇਸ ਗੱਲ ਨੂੰ ਯਾਦ ਰੱਖ ਲਓ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਤੁਸੀਂ ਦੁਆ ਕਰਾਉਂਦੇ ਆਉਣ ਵਾਲੇ ਦਿਨਾਂ ਚ ਦੂਜੇ ਤੇ ਹੱਥ ਰੱਖ ਕੇ ਦੁਆ ਕਰਨ ਵਾਲੇ ਖੁਦਾ ਤੁਹਾਨੂੰ ਬੁਲਾਉਣ ਵਾਲਾ ਹੈ ਹਲੇਲੂਯਾ ਹਲੇਲੂਯਾ ਖੁਦਾ ਤੇ ਵੀ ਖੜੇ ਕਰੇਗਾ ਔਰ ਤੁਸੀਂ ਖੁਦਾ ਦੇ ਲਈ ਲੋਕਾਂ ਨੂੰ ਲੈ ਕੇ ਆਓਗੇ ਫਿਰ ਗਵਾਹੀਆਂ ਇਹ ਹੋਣਗੀਆਂ ਕਿ ਪ੍ਰਭੂ ਏਦਾਂ ਦੀ ਗਵਾਹੀਆਂ ਹੋਣਗੀਆਂ ਕਿ ਮੈਂ ਠੀਕ ਹੋ ਗਿਆ ਮੇਰਾ ਆਹ ਕੰਮ ਹੋ ਗਿਆ ਸੀ ਇਹ ਗਵਾਹੀਆਂ ਹੋਣਗੀਆਂ ਮੈਂ ਦੁਆ ਕੀਤੀ ਤੇ ਖੁਦਾ ਨੇ ਆਹ ਕੰਮ ਕੀਤਾ ਹੈ ਹਲੇਲੂਯਾ ਹਲੇਲੂਯਾ ਉਹਦਾ ਪ੍ਰਤੀਫਲ ਜ਼ਿਆਦਾ ਕਿ ਇਹ ਜ਼ਿਆਦਾ ਹੈ ਕਿ ਮੈਂ ਕਰਾਉਣ ਵਾਲਾ ਹੀ ਹਾਂ ਹਲੇਲੂਯਾ ਹਲੇਲੂਯਾ ਚਿੰਤਾ ਨਾ ਕਰੋ ਖੁਦਾ ਜਲਦੀ ਇਹ ਵਰਦਾਨ ਤੁਹਾਨੂੰ ਦੇਣ ਵਾਲਾ ਹੈ ਹਲੇਲੂਯਾ ਹਲੇਲੂਯਾ ਬੜੇ ਬੜੇ ਪੁਰਾ ਹੈ ਅਤੇ ਮੈਂ ਉੱਤਰ ਕੇ ਉੱਥੇ ਤੇਰੇ ਨਾਲ ਗੱਲ ਕਰਾਂਗਾ ਹਾਂ ਅਤੇ ਮੈਂ ਉਸ ਆਤਮਾ ਤੋਂ ਲੈ ਕੇ ਜਿਹੜਾ ਤੇਰੇ ਉੱਤੇ ਹੈ ਉਸ ਆਤਮਾ ਤੋਂ ਲੈ ਕੇ ਜਿਹੜਾ ਤੇਰੇ ਉੱਤੇ ਹੈ ਤੇਰੇ ਉੱਤੇ ਆਤਮਾ ਪਾਇਆ ਤੈਨੂੰ ਮਸਾ ਦਿੱਤਾ ਹੈ ਉਸ ਮਸੇ ਤੋਂ ਲੈ ਕੇ ਉਹਨਾਂ ਉੱਤੇ ਪਾਵਾਂਗਾ ਹਾਂ ਉਹ ਤੇਰੇ ਨਾਲ ਪਰਜਾ ਦਾ ਭਾਰ ਉਹ ਤੇਰੇ ਨਾਲ ਪਰਜਾ ਦਾ ਭਾਰ ਚੁੱਕਣਗੇ ਹਾਂ ਤਾਂ ਜੋ ਤੈਨੂੰ ਇਕੱਲੇ ਨੂੰ ਚੁੱਕਣਾ ਨਾ ਪਵੇ ਹਾਂ ਅਤੇ ਪਰਜਾ ਨੂੰ ਆਪ ਨੂੰ ਕੇ ਕੱਲ ਲਈ ਆਪਣੇ ਆਪ ਨੂੰ ਪਵਿੱਤਰ ਕਰੋ ਹਲੇਲੂਯਾ ਹਲੇਲੂਯਾ ਅਗਰ ਚਾਹੁੰਦੇ ਹੋ ਕਿ ਪਰਮੇਸ਼ਰ ਦਾ ਉਹ ਵਰਦਾਨ ਪਰਮੇਸ਼ਰ ਦੀ ਉਹ ਸਮਰਥ ਤੁਹਾਡੇ ਇੱਕ ਇੱਕ ਤਿਆਰ ਹੈ ਉਹਦੇ ਲਈ ਆਪਣੇ ਆਪ ਨੂੰ ਕੀ ਕਰਨਾ ਹੈ ਪਵਿੱਤਰ ਕਰਨਾ ਹੈ ਤਿਆਰ ਕਰਨਾ ਹੈ ਆਪਣੀਆਂ ਸੋਚਾਂ ਨੂੰ ਆਪਣੇ ਵਿਚਾਰਾਂ ਨੂੰ ਅਗਰ ਚਾਹੁੰਦੇ ਹੋ ਕਿ ਅਸੀਂ ਹੱਥ ਰੱਖੀਏ ਜਿਵੇਂ ਸੇਵਕ ਸਾਡੇ ਤੇ ਹੱਥ ਰੱਖਦਾ ਅਸੀਂ ਦੂਜਿਆਂ ਤੇ ਹੱਥ ਰੱਖੀਏ ਤੇ ਉਹਦੇ ਲਈ ਤੁਹਾਨੂੰ ਆਪਣੇ ਆਪ ਨੂੰ ਕੀ ਹੋਣਾ ਹੈ ਪਵਿੱਤਰ ਹਲੇਲੂਯਾ ਕਿੰਨੇ ਲੋਕ ਚਾਹੁੰਦੇ ਅਸੀਂ ਦੂਜਿਆਂ ਤੇ ਹੱਥ ਰੱਖੀਏ ਦੂਜੇ ਲੋਕ ਚੰਗੇ ਹੋਣ ਚਾਹੁੰਦੇ ਹੋ ਵੈਰੀ ਗੁੱਡ ਹਲੇਲੂਯਾ ਹਲੇਲੂਯਾ ਆਉਣ ਵਾਲੇ ਦਿਨਾਂ ਚ ਗਵਾਹੀਆਂ ਬਦਲ ਜਾਣਗੀਆਂ ਸਭ ਕੁਛ ਬਦਲ ਜਾਏਗਾ ਘਰ ਦੇ ਵਿੱਚ ਪ੍ਰੋਬਲਮ ਹੈ ਤੁਹਾਨੂੰ ਕਹਿਣ ਦੀ ਜ਼ਰੂਰਤ ਨਹੀਂ ਪਵੇਗੀ ਹਲੇਲੂਯਾ ਤੁਹਾਨੂੰ ਕਹਿਣ ਦੀ ਜ਼ਰੂਰਤ ਨਹੀਂ ਪਵੇਗੀ ਮੈਂ ਦੁਆ ਕਰਾਵਾਂ ਮੈਂ ਉਹਨੂੰ ਫੁੱਲ ਲਵਾਂ ਉਹਨੂੰ ਤੁਸੀਂ ਆਪ ਹੀ ਖੁਦਾ ਦੇ ਤੜ ਦੇ ਵਸਤ ਨੇ ਤੁਹਾਨੂੰ ਬਸ ਖੁਦਾ ਦੇ ਬੜੀ ਪ੍ਰਾਰਥਨਾ ਕਰਕੇ ਸਿਰਫ ਹੱਥ ਲਾਉਣ ਦੀ ਜ਼ਰੂਰਤ ਹੈ ਖੁਦਾ ਉਹ ਕੰਮ ਕਰੇਗਾ ਹਲੇਲੂਯਾ ਪਰ ਇਹ ਕਹਿਣਾ ਹੈ ਖੁਦਾਵੰਦ ਆਪਣੀ ਇੱਛਾ ਆਪਣੀ ਮਰਜ਼ੀ ਪੂਰੀ ਕਰਨੀ ਮੈਨੂੰ ਸਿਖਾ ਹਲੇਲੂਯਾ ਮੈਨੂੰ ਸਿਖਾ ਕਿ ਮੈਂ ਤੇਰੀ ਮਰਜ਼ੀ ਨੂੰ ਤੇਰੀ ਇੱਛਾ ਨੂੰ ਕੀ ਕਰਾਂ ਪੂਰਾ ਕਰਾਂ ਮੈਂ ਉਤਰਾਂਗਾ ਆਪਣਾ ਮਸਾ ਤੇਰੇ ਉੱਤੇ ਘੱਲਾਂਗਾ ਔਰ ਜਿਹੜਾ ਤੇਰੇ ਤੇ ਮਸਾ ਘੱਲਿਆ ਸੀ ਉਹਦੇ ਚੋਂ ਦੂਜੇ ਤੇ ਘੱਲਾਂਗਾ ਤੇਰੇ ਨਾਲ ਜੋੜ ਜਾਂਗਾ ਉਹ ਤੇਰੇ ਨਾਲ ਸੰਗਤ ਦਾ ਕਲੀਸੇ ਦਾ ਭਾਰ ਹਲਕਾ ਕਰਨਗੇ
ਹਾਲੇਲੂਯਾ ਵਰਸ਼ਿਪ ਟੀਮ ਨੂੰ ਤਿਆਰ ਕਰਨਾ, ਐਲਡਰ ਤਿਆਰ ਕਰਨੇ ਕਲੀਸਿਆ ਦੇ ਵਿੱਚ, ਉਹਨਾਂ ਨੂੰ ਸਿਖਾਉਣਾ, ਸਿੱਖਿਆ ਦੇਣੀ, ਕਦੇ ਵੀ ਇਹ ਪਰਮੇਸ਼ਰ ਦੇ ਕੰਮਾਂ ਦੇ ਲਈ, ਪਰਮੇਸ਼ਰ ਦੀ ਸੇਵਾ ਦੇ ਵਿੱਚ ਹਿਰਸ ਹੁੰਦੀ ਹੈ। ਅਸੀਂ ਰਲ ਮਿਲ ਕੇ ਸਭ ਖੁਦਾ ਦੀ ਕੀ ਕਰਦੇ ਹਾਂ, ਸੇਵਾ। ਹਾਲੇਲੂਯਾ ਹਾਲੇਲੂਯਾ ਹਾਲੇਲੂਯਾ। ਅਗੇ ਅਗੇ ਵਰਦਾਨ ਦਿੱਤਾ ਜਾਵੇ ਤਾਂ ਕਿ ਅਸੀਂ ਦੂਜਿਆਂ ਦੀ ਦੁਆ ਕਰੀਏ ਤੇ ਆਉਂਦੇ ਹਫ਼ਤੇ ਲਈ ਤਿਆਰ ਹੋ ਜਾਈਏ। ਹਾਲੇਲੂਯਾ ਹਾਲੇਲੂਯਾ। ਆਉਂਦੇ ਹਫ਼ਤੇ ਵਿੱਚ ਕਈਆਂ ਦੇ ਲਈ ਪ੍ਰਾਰਥਨਾ ਹੋਵੇਗੀ, ਉਹਨਾਂ ਨੂੰ ਕਿਹਾ ਜਾਵੇਗਾ ਤੁਸੀਂ ਦੂਜਿਆਂ ਲਈ ਦੁਆ ਕਰੋ ਹੱਥ ਰੱਖ ਕੇ। ਹਾਲੇਲੂਯਾ ਹਾਲੇਲੂਯਾ। ਤੁਹਾਡੇ ਗੁਆਂਢ ਕੋਈ ਬਿਮਾਰ ਹੈ, ਪਰੇਸ਼ਾਨ ਹੈ, ਜਾ ਕੇ ਉਹਦੇ ਲਈ ਪ੍ਰਾਰਥਨਾ ਕਰੋ। ਹਾਲੇਲੂਯਾ ਹਾਲੇਲੂਯਾ। ਖੁਦਾ ਕਰੇਗਾ, ਉਹ ਕੰਮ ਖੁਦਾ ਕਰੇਗਾ। ਜਿਸ ਇੱਕ ਦਿਨ ਨਾ ਦੋ ਦਿਨ ਨਾ ਪੰਜ ਦਿਨ ਨਾ ਦਸ ਦਿਨ ਨਾ ਵੀਹ ਦਿਨ ਡਿਊਟੀ ਆ ਫੋਨਾਂ ਦੀ ਜਮਾ ਕਰਾਉਣ ਦੀ। ਮੈਂ ਹਮੇਸ਼ਾ ਹੀ ਦੱਸਦਾ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਧਿਆਨ ਕਰੋ, ਤੇਰੀਆਂ ਅੱਖਾਂ ਤੈਨੂੰ ਦੇਖਦੀਆਂ, ਸਾਰਿਆਂ ਨੇ ਮੈਂ ਦੇਖਣਾ ਕੌਣ ਕੀ ਕਰਦਾ ਹੈ। ਹਾਲੇਲੂਯਾ ਹਾਲੇਲੂਯਾ। ਸੋ ਸਨੀ ਸਾਹਿਬ ਲਿਖ ਕੇ ਲਾਓ, ਜਿਹੜੇ ਵੀ ਸੇਵਾਦਾਰ ਹੈ ਉਹਨਾਂ ਇੱਕ ਲਿਖ ਕੇ ਲਾਓ, ਜਿਹੜੇ ਫੋਨ ਆਪਣੇ ਇੱਥੇ ਜਮ੍ਹਾਂ ਕਰੋ ਆਉਂਦੇ ਹੀ ਹਨਾ। ਜਾ ਕੇ ਕਹਿੰਦਾ ਜਿਹੜਾ ਉੱਥੇ ਆਉਂਦਾ ਡਿਊਟੀ, ਜਿਹੜਾ ਵੀ ਆਉਂਦਾ ਵਾ ਉਹਦੇ ਆਪਣੇ ਕੁੜੀ ਕਿਉਂ ਨਹੀਂ ਆਈ? ਹਾਂਜੀ ਸੀ ਜੀ, ਉਹਨੇ ਡਿਊਟੀ ਲਾਈ, ਕਿਸੇ ਨੇ ਫੋਨ ਕੀਤਾ ਕਿਸੇ ਨੂੰ ਕਿਸੇ ਮੇਰੀ ਸੇਵਾ ਸੰਭਾਲੋ, ਉਹਦੀ ਜਗ੍ਹਾ ਕਿਸੇ ਹੋਰ ਨੂੰ ਖੜਾ ਕਰੋ ਹਨਾ, ਡਿਊਟੀ ਦੇਵੇ ਜ਼ਿੰਮੇਵਾਰੀ। ਹਾਲੇਲੂਯਾ ਹਾਲੇਲੂਯਾ। ਕੋਈ ਐਸਾ ਚੁਣੋ ਜਾਂ ਵਰਸ਼ਿਪ ਟੀਮ ਵਿੱਚ ਉਹਦਾ ਕੋਈ ਵੀ ਜਿਹੜਾ ਮਤਲਬ ਟਾਈਮ ਨਾ ਆਉਂਦਾ ਵਾ, ਆਣ ਕੇ ਉਹ ਸੇਵਾ ਸੰਭਾਲੇ। ਪਹਿਲਾ ਨੰਬਰ ਫੋਨ ਜਮ੍ਹਾਂ ਕਰਾਏ। ਹਾਲੇਲੂਯਾ ਹਾਲੇਲੂਯਾ। ਪਰਮੇਸ਼ਰ ਦਾ ਵਚਨ ਵਿੱਚ ਮੈਂ ਪਿੱਛੇ ਗੱਲ ਕਰ ਰਿਹਾ ਸੀਗਾ, ਸੁਣੀਏ ਧਿਆਨ ਦੇ ਨਾਲ, ਮੈਨੂੰ ਫਿਰ ਦੇਖ ਕੇ ਤੁਹਾਨੂੰ ਫਿਰ ਉੱਧਰ ਨੂੰ ਮੁੜਨਾ ਪੈਂਦਾ ਹੈ। ਪਿਛਲੇ ਦਿਨਾਂ 'ਚ ਮੈਂ ਗੱਲ ਕਰ ਰਿਹਾ ਸੀਗਾ, ਮੇਰੇ ਆਪਣੇ ਵਰਸ਼ਿਪ ਟੀਮ ਵਿੱਚ ਇੱਕ ਬੇਟੀ ਹੈ, ਮੈਂ ਉਹਨਾਂ ਨਾਲ ਗੱਲ ਕਰ ਰਿਹਾ, ਤੁਹਾਡੇ ਲਈ ਪਰਮੇਸ਼ਰ ਨੇ ਮੇਰੇ ਨਾਲ ਗੱਲ ਕੀਤੀ ਹੈ। ਸ਼ਾਇਦ ਉਹ ਡਰ ਗਈ ਹੋਵੇਗੀ ਕਿ ਮੈਨੂੰ
ਪਤਾ ਨਹੀਂ ਕੀ ਗੱਲ ਕੀਤੀ ਹੈ, ਉਹ ਇਹ ਹੀ ਹੈ। ਪਰਮੇਸ਼ਰ ਨੇ, ਮੈਂ ਸਾਰਿਆਂ ਨੇ ਜਦੋਂ ਪ੍ਰਾਰਥਨਾ ਕਰਦਾ ਨਾ, ਜਿਹਦੇ ਲਈ ਜ਼ਿਆਦਾ ਪ੍ਰਾਰਥਨਾ ਕਰਦੇ, ਖੁਦਾ ਉਹਦੇ ਲਈ ਦਿਖਾ ਦਿੰਦਾ ਕਿ ਕਮੀ ਕਿੱਥੇ ਹੈ। ਜਦੋਂ ਕਹਿੰਦੇ ਨਾ ਸਾਡੀ ਸੁਣਨੀ ਹੋਈ ਤੇ ਫਿਰ ਦੁਆ ਕਰਦੇ ਹਾਂ, ਫਿਰ ਹੋਰ ਬੈਠ ਕੇ ਪ੍ਰੇਅਰ ਕੁਐਸਚਨ ਨੂੰ ਕੱਢ ਕੇ ਉਹਨਾਂ ਦੇ ਵਿੱਚੋਂ ਪੇਪਰਾਂ ਚੋਂ ਕੱਢ ਕੇ ਫਿਰ ਰੱਖ ਕੇ ਉਹਦੇ ਲਈ ਪ੍ਰੇਅਰ ਕਰਦੇ ਹਾਂ, ਜਾਂ ਕਈ ਵਾਰੀ ਮਨ ਵਿੱਚ ਰੱਖ ਕੇ ਪ੍ਰੇਅਰ ਕਰਦੇ ਹਾਂ ਕਿ ਪ੍ਰਭੂ ਮੈਂ ਪ੍ਰੇਅਰ ਕੁਐਸਚਨ ਪੜ੍ਹੀ ਹੈ, ਉਹਦੇ ਵਿੱਚ ਆਹ ਪ੍ਰੋਬਲਮ ਹੈ ਉਹਦੀ, ਉਹਨੂੰ ਉਹਦਾ ਹੱਲ ਕਰ। ਤੇ ਮੈਨੂੰ ਪਰਮੇਸ਼ਰ ਨੇ ਦਿਖਾ ਲਿਆ ਕਿ ਕਿਸੇ ਦੇ ਨਾਲ ਕਦੋਂ ਸਕੀ ਹੁੰਦੇ ਨੇ ਤੁਹਾਡੇ ਬਾਰੇ ਗੱਲਾਂ ਕਰਦੇ ਆ, ਹੱਸ ਕੇ ਮਜ਼ਾਕ ਨਾ ਬਣਾਓ ਨਾ ਸੇਵਕਾਂ ਦਾ ਤੇ ਨਾ ਆਪ ਮਜ਼ਾਕ ਬਣੋ ਕਿਸੇ ਦਾ। ਕਿਉਂਕਿ ਬਾਈਬਲ ਚ ਲਿਖਿਆ ਜੋ ਠੱਠਿਆਂ ਨਾਲ ਡਾਵੇਗਾ ਉਹ ਠੱਠਿਆਂ ਚ ਡਾਇਆ ਜਾਵੇਗਾ। ਇੱਕ ਮਜ਼ਾਕ ਦੂਜਾ ਜਿਹੜਾ ਦੂਜੇ ਲਈ ਕਰਦਾ ਤੇ ਉਹਦੇ ਲਈ ਪਤਾ ਨੀ ਕਿੰਨੇ ਖੜੇ ਬਦਲਦੇ। ਨਾ ਬਣੋ ਮਜ਼ਾਕ ਕਿਸੇ ਦਾ। ਵਚਨ ਚ ਗਲਾਤੀਆਂ ਦੇ ਖਾਤਰ ਚ ਲਿਖਿਆ ਧੋਖਾ ਨਾ ਖਾਓ, ਪਰਮੇਸ਼ੁਰ ਨੂੰ ਠੱਠਿਆਂ ਵਿੱਚ ਨਹੀਂ ਉਡਾਈਦਾ, ਮਜ਼ਾਕ ਚ ਨਹੀਂ ਲਈਦਾ। ਕਿੱਥੇ ਬੈਠੇ ਆ ਸਮਝ ਲਓ, ਵਚਨ ਦੀਆਂ ਨੰਗੀਆਂ ਤਾਰਾਂ ਜਿੱਥੇ ਤੁਸੀਂ ਬੈਠੇ ਹੋ। ਹਾਲੇਲੂਇਆ, ਪੂਰਾ ਧਿਆਨ ਦੇ ਕੇ ਬੈਠੋ। ਮੈਂ ਪਿਛਲੇ ਦਿਨਾਂ ਵਿੱਚ ਦੱਸਿਆ, ਅਗਰ ਮੈਨੂੰ ਲੱਗਾ ਕਿ ਤੁਹਾਡਾ ਧਿਆਨ ਨਹੀਂ, ਮੈਂ ਖੜਾ ਕਰਕੇ ਪੁੱਛ ਲੈਣਾ ਵੀ ਕੀ ਬੋਲਿਆ ਸੀ, ਕੀ ਕਿਹਾ ਗਿਆ ਹੈ। ਹਾਲੇਲੂਇਆ, ਇਸ ਲਈ ਸਾਵਧਾਨੀ ਦੇ ਨਾਲ, ਕਿਉਂਕਿ ਬਚਨ ਚ ਲਿਖਿਆ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਪਰਮੇਸ਼ੁਰ ਖਲੋਤਾ ਹੈ, ਤੇ ਜੇ ਉਹ ਤੁਹਾਡੇ ਨਾਲ ਖਲੋਤਾ ਹੈ, ਤੁਸੀਂ ਇੱਧਰ ਉੱਧਰ ਗੱਲਾਂ ਕਰ ਰਹੇ ਹੋ ਤੇ ਤੁਹਾਨੂੰ ਉਹਨੂੰ ਨਹੀਂ ਪਤਾ ਕੀ ਕਰ ਰਹੇ ਹੋ। ਹਾਂਜੀ, ਜਿਹੜਾ ਤੁਹਾਡੇ ਵਿਚਕਾਰ ਹੈ ਚੰਦਨ ਜੀ, ਜਿਹੜਾ ਨਾਲ ਬੈਠਾ ਹੈ, ਉਹਨੇ ਕਿਹਾ ਮੈਂ ਮੰਡਲੀ ਦੇ ਵਿੱਚ ਵਾਂ, ਤੇ ਜਿਹੜਾ ਤੁਹਾਡੇ ਲਾਗੇ ਹੈ, ਕੀ ਗੱਲ ਉਹ ਇੱਧਰਲੇ ਬੰਦੇ ਭੈਣਾਂ ਲਿਆ ਤੇ ਇੱਧਰੋਂ ਉੱਠ ਹੱਟ ਕੇ ਇੱਧਰ ਆਉਣਾ ਹੈ, ਇਧਰੋਂ ਹੱਟ ਕੇ ਉੱਧਰ ਜਾਣਾ? ਨਹੀਂ, ਉਹਦੀ ਨਜ਼ਰ ਤੁਹਾਡੇ ਉੱਤੇ ਹੈ, ਉਹ ਤੁਹਾਡੇ ਆਤਮਾ ਦੁਆਰਾ ਤੁਹਾਡੇ ਕੋਲ ਖੜਾ ਹੈ। ਜਦੋਂ ਤੁਸੀਂ ਇੱਕ ਦੂਜੇ ਨਾਲ ਹੱਸ ਹੱਸ ਕੇ ਦੂਜੇ ਦੀਆਂ ਗੱਲਾਂ ਕਰਦੇ ਜਾਂ ਮਜ਼ਾਕ ਕਰਦੇ ਦੂਜੇ ਨੂੰ, ਕੀ ਪਰਮੇਸ਼ਰ ਨਹੀਂ ਦੇਖਦਾ ਕਿ ਉਹਦੀ ਇੱਛਾ ਨੂੰ ਪੂਰਾ ਕਰਨਾ ਹੈ, ਕੀ ਉਹਦੀ ਮਰਜ਼ੀ ਨੂੰ ਪੂਰਾ ਕਰਨਾ ਹੈ, ਕੀ ਅਸੀਂ ਬੈਠਿਆ ਜੋ ਸੁਣਦੇ ਹਾਂ ਕਿ ਪ੍ਰਭੂ ਦੀ ਮਰਜ਼ੀ ਨੂੰ ਕਿੱਦਾਂ ਪੂਰਾ ਕਰਨਾ ਹੈ? ਜਦ ਤੱਕ ਅਸੀਂ ਪਰਮੇਸ਼ਰ ਦੀ ਇੱਛਾ ਨੂੰ ਆਪਣੇ ਮਨ ਵਿੱਚ ਨਹੀਂ ਲੈਂਦੇ, ਪਰਮੇਸ਼ਰ ਦਾ ਮਨ ਸਾਡੇ ਨਾਲ ਨਹੀਂ ਜੁੜਦਾ, ਸਾਡੀਆਂ ਪ੍ਰਾਰਥਨਾ ਅਧੂਰੀਆਂ ਹੈ, ਸਾਡੇ ਕੰਮ ਅਧੂਰੇ ਆ। ਸਾਡੇ ਬਿਜ਼ਨਸ ਅਧੂਰੇ ਆ। ਹਾਲੇਲੂਇਆ, ਕਿਉਂ? ਪਰਮੇਸ਼ਰ ਨੇ ਆਖਿਆ ਮੂਸਾ ਨੂੰ, ਤੇਰੇ ਆਤਮਾ ਨੂੰ ਮੈਂ ਤੇਰੇ ਤੇ ਮਸਾ ਪਾਇਆ ਹੈ, ਉਹਦੇ ਵਿੱਚੋਂ ਲੈ ਕੇ। ਕਿਹੜਾ ਮਸਾ ਸੀ ਮੂਸਾ ਦੇ ਕੋਲ? ਬੰਧਨਾਂ ਨੂੰ ਤੋੜਨ ਵਾਲਾ, ਸਮੁੰਦਰ ਨੂੰ ਦੋ ਭਾਗ ਕਰਨ ਵਾਲਾ। ਹਾਲੇਲੂਇਆ, ਹਾਲੇਲੂਇਆ, ਕੋਰ ਨੂੰ, ਕੋਰ ਲਿਆਉਣ ਵਾਲਾ ਤੇ ਕੋਰ ਨੂੰ ਠੀਕ ਕਰਨ ਵਾਲਾ। ਹੁਸਨ ਖੁਦਾ ਨੇ ਆਖਿਆ ਆਪਣਾ ਹੱਥ ਕੱਢ ਬਾਹਰ, ਜਦੋਂ ਕੱਢਿਆ ਤੇ ਕੋਰ ਦਾ ਭਰ ਗਿਆ। ਖੁਦਾ ਨੇ ਆਖਿਆ ਸੱਤ ਨੂੰ ਆਪਣੀ ਛਾਤੀ ਤੇ ਰੱਖ ਲਾ ਤੇ ਫਿਰ ਚੰਗਾ ਹੋ ਗਿਆ। ਸਮੁੰਦਰ ਤੇ ਲਾਏਗਾ, ਸਮੁੰਦਰ ਦੋ ਭਾਗ ਹੋ ਜਾਏਗਾ, ਸਮੁੰਦਰ ਨੂੰ ਪਾਣੀ ਉੱਤੇ ਰੱਖੇਗਾ ਤੇ ਪਾਣੀ ਲਹੂ ਬਣ ਜਾਏਗਾ।
ਹਲੇਲੂਯਾ ਉਹ ਲਾਠੀ ਤੋਂ ਧੂੜ ਵਿੱਚ ਮਾਰੇਗਾ ਤਾਂ ਧੂੜ ਜਦੋਂ ਉੱਡੇਗੀ ਤੇ ਉਹ ਇੱਕ ਮੱਖ ਬਣ ਕੇ ਮੱਖਾਂ ਬਣ ਕੇ ਮੱਖਾਂ ਦਾ ਝੁੰਡ ਬਣ ਕੇ ਉਹ ਬਵਾ ਬਣ ਕੇ ਲੋਕਾਂ ਦੇ ਉੱਤੇ ਆਗ ਪਾਣ ਪਵੇਗੀ। ਉਹੀ ਆਤਮਾ ਤੋਂ ਖੁਦਾ ਨੇ ਕਿ ਜਿਹੜਾ ਆਤਮਾ ਮੈਂ ਤੀਰੇ ਤੇ ਪਾਇਆ ਉਸ ਆਤਮਾ ਤੋਂ ਮੈਂ ਪਰਜਾ ਉੱਤੇ ਪਾਵਾਂਗਾ ਦਿਆਂਗਾ। ਹਲੇਲੂਯਾ ਹਲੇਲੂਯਾ ਯਿਸੂ ਮਸੀਹ ਨੇ ਜੋ ਉਹਨਾਂ ਦੀ ਅੰਜੀਲ ਉਸਦਾ ਉਸ ਦੇ ਵਿੱਚ 21 ਅਧਿਆਇ ਦੀ ਮੇਰੇ ਖਿਆਲ 21-22 ਦੇ ਵਿੱਚ ਕੀ ਲਿਖਿਆ ਹੈ, ਚੇਲਿਆਂ ਨੂੰ ਯਿਸੂ ਨੇ ਬੁਲਾਇਆ, ਉਹਨਾਂ ਦੇ ਫੂਕ ਮਾਰੀ ਤੇ ਆਖਿਆ ਆਤਮਾ ਲਓ, ਆਤਮਾ ਲਓ, ਜਿਨ੍ਹਾਂ ਦੇ ਪਾਪ ਤੁਸੀਂ ਮਾਫ ਕਰੋ ਉਹਨਾਂ ਦੇ ਮਾਫ ਕੀਤੇ ਜਾਣਗੇ, ਜਿਨ੍ਹਾਂ ਦੇ ਕਾਇਮ ਰੱਖੋ ਉਹਨਾਂ ਦੇ ਕਾਇਮ ਰਹਿਣਗੇ। ਹਲੇਲੂਯਾ। ਇਹਦਾ ਮਤਲਬ ਕੀ ਹੈ, ਪਰਮੇਸ਼ਰ ਕਹਿੰਦਾ ਤੁਹਾਡੇ ਮਨ ਦੇ ਨਾਲ ਮੇਰਾ ਮਨ ਹੈ, ਜੋ ਤੁਸੀਂ ਕਹੋਗੇ ਸੋ ਪੂਰਾ ਹੋਵੇਗਾ। ਉਹ ਆਪਣੇ ਸੇਵਕਾਂ ਦੇ ਜਿਹੜੇ ਸਾਫ ਸੁਥਰੇ ਵਚਨ ਵਿੱਚ ਚੱਲਦੇ ਆ, ਸਹੀ ਚੱਲਦੇ ਆ, ਖੁਦਾਵੰਦ ਉਹਨਾਂ ਦੇ ਮਨਾਂ ਦੇ ਨਾਲ ਬਣਿਆ ਰਹਿੰਦਾ ਹੈ। ਯੋਸ਼ੂਆ ਨੂੰ ਐਵੇਂ ਥੋੜੀ ਖੁਦਾ ਨੇ ਆਖਿਆ, ਯੋਸ਼ੂਆ ਡਰ ਗਿਆ, ਮੇਰਾ ਸਵਾਮੀ ਗੁੱਸਾ ਭਰ ਗਿਆ ਹੈ, ਹੁਣ ਮੈਂ ਕੀ ਕਰਾਂਗਾ। ਖੁਦਾ ਨੇ ਆਖਿਆ ਯੋਸ਼ੂਆ ਡਰਨਾ, ਜਿੱਥੇ ਤੂੰ ਜਾਵੇਂਗਾ ਤੇਰੇ ਨਾਲ ਹੋਵਾਂਗਾ। ਹਲੇਲੂਯਾ। ਜਿਵੇਂ ਮੈਂ ਮੂਸਾ ਦੇ ਨਾਲ ਸੀ ਤੇਰੇ ਵੀ ਨਾਲ ਹੋਵਾਂਗਾ। ਤੇਰਾ ਬੋਲ ਬਾਲਾ ਹੋਵੇਗਾ, ਜੋ ਤੂੰ ਬੋਲੇਗਾ ਮੈਂ ਪੂਰਾ ਕਰਾਂਗਾ। ਤਕੜਾ ਹੋ ਤੇ ਵੱਡਾ ਹੌਸਲਾ ਰੱਖ। ਸਾਨੂੰ ਹਿੰਮਤ ਕਰਨ ਦੀ ਜ਼ਰੂਰਤ ਹੈ, ਸਾਨੂੰ ਇਰਾਦਾ ਬਣਾਉਣ ਦੀ ਜ਼ਰੂਰਤ ਹੈ। ਪ੍ਰਭੂ ਮੈਂ ਚਾਹੁੰਦਾ ਮੇਰਾ ਮਨ ਤੇਰਾ ਮਨ ਹੋ ਜਾਵੇ। ਹਲੇਲੂਯਾ। ਤੇਰੀਆਂ ਸੋਚਾਂ ਮੇਰੀਆਂ ਸੋਚਾਂ ਹੋ ਜਾਣ, ਤੂੰ ਮੈਨੂੰ ਸਿਖਾਲ ਕਿਵੇਂ ਤੇਰੀ ਮਰਜ਼ੀ ਨੂੰ ਪੂਰਾ ਕਰਾਂ, ਉਹਦੀ ਮਰਜ਼ੀ ਕੀ ਹੈ, ਉਹਦਾ ਧੰਨਵਾਦ ਕਰਨਾ, ਇੱਕ ਦੂਜੇ ਨੂੰ ਉਤਸ਼ਾਹ ਕਰਨਾ। ਕੋਈ ਸ਼ਰਾਰਤ ਕਰਦਾ ਉਹਨੂੰ ਕਹਿਣਾ ਧਿਆਨ ਨਾਲ ਬਾਈਬਲ ਵਿੱਚ ਪ੍ਰਾਰਥਨਾ ਕਰ, ਅੱਜ ਆਪਾਂ ਖੁਦਾ ਦੀ ਹਜ਼ੂਰੀ ਵਿੱਚ। ਹਲੇਲੂਯਾ। ਮਜ਼ਾਕ ਕਰਕੇ ਮਜ਼ਾਕ ਹੀ ਨਹੀਂ ਜਾਣਾ, ਆਇਆਂ ਤੇ ਬਰਕਤ ਲੈ ਕੇ ਜਾਣਾ। ਕੀ ਲੈ ਕੇ ਜਾਣਾ? ਕਿਉਂਕਿ ਖੁਦਾ ਦੀ ਹਜ਼ੂਰੀ ਵਿੱਚ, ਪ੍ਰਭੂ ਦੀ ਬਾਣੀ ਵਿੱਚ ਲਿਖਿਆ ਖੁਦਾਵੰਦ ਦੀ ਹਜ਼ੂਰੀ ਦੇ ਵਿੱਚ ਆਨੰਦ ਤਾਈ ਦੀ ਭਰਪੂਰੀ ਹੈ, ਆਨੰਦ ਦੀ ਭਰਪੂਰੀ ਹੈ। ਹਲੇਲੂਯਾ ਹਲੇਲੂਯਾ। ਆਪਣੀਆਂ ਸੋਚਾਂ ਦੇ ਨਾਲ ਅਸੀਂ ਰੱਬ ਨੂੰ ਕੀ ਕਰ ਦਿੰਦੇ ਹਾਂ, ਤਿਆਗ ਦਿੰਦੇ ਹਾਂ। ਸਾਡੀ ਸੋਚ ਉੱਧਰ ਨਹੀਂ ਲੱਗਦੀ, ਧਿਆਨ ਜਦੋਂ ਉੱਧਰ ਨਹੀਂ ਲੱਗਦਾ, ਇਹਦਾ ਮਤਲਬ ਅਸੀਂ ਬੈਠੇ ਤੇ ਇੱਥੇ ਹੀ ਹਾਂ, ਪਰ ਜਦੋਂ ਸਾਡਾ ਧਿਆਨ ਨਹੀਂ ਲੱਗਦਾ ਬਚਨ ਤੇ, ਇਹਦਾ ਮਤਲਬ ਕੀ, ਅਸੀਂ ਪਰਮੇਸ਼ਵਰ ਨੂੰ ਕੀ ਕੀਤਾ, ਤੁੱਛ ਜਾਣੇ, ਤਿਆਗ ਦਿੱਤਾ। ਹਲੇਲੂਯਾ ਹਲੇਲੂਯਾ। ਇੱਥੇ ਲਿਖਿਆ ਕਹਿੰਦਾ ਤੁਸੀਂ ਪਰਮੇਸ਼ਵਰ ਨੂੰ ਕੀ ਕੀਤਾ, ਉਹਦੇ ਵਿਸ਼ਵਾਸ ਨਹੀਂ ਕੀਤਾ, ਉਹਦੇ ਵਚਨ ਦੇ ਕਲਾਮ ਤੇ ਯਕੀਨ ਨਹੀਂ ਕੀਤਾ, ਤੁਸੀਂ ਰੱਬ ਨੂੰ ਤਿਆਗ ਦਿੱਤਾ ਹੋਇਆ ਹੈ।
ਯੈਸ ਜਿਹੜਾ ਤੁਹਾਡੇ ਵਿੱਚ ਹੈ ਪਿਆਰੇ ਤੂੰ ਆਖਦਾ ਹੈ ਕਿ ਮੈਂ ਉਹਨਾਂ ਨੂੰ ਮਾਫ ਕਰਾਂਗਾ ਅਤੇ ਉਹ ਪੂਰਾ ਮਹੀਨਾ ਖਾਣਗੇ ਜਿੱਦਾਂ ਤੂੰ ਕਹਿਣਾ ਮੈਂ ਕਦੇ ਪ੍ਰਭੂ ਗਲਤੀ ਨਹੀਂ ਹੋਈ ਤੈਨੂੰ ਬੋਲਣ ਚ ਤੂੰ ਕਹਿਣਾ ਮਾਸ ਦਿਆਂਗਾ ਤੇ ਉਹ ਵੀ ਮਹੀਨਾ ਕਿੱਥੋਂ ਦੇਵਾਂ ਕਿੱਥੋਂ ਲਿਆਵਾਂਗੇ ਹਾਂ ਭਲਾ ਜਿਹੜਾ ਅਤੇ ਵਾਦ ਉਹਨਾਂ ਲਈ ਮਾਰੇ ਜਾਣ ਜਿੱਦਾਂ ਕਿ ਜਿੱਦ ਦੇ ਵਾਦ ਉਹਨਾਂ ਲਈ ਮਾਰੇ ਜਾਣ ਖਤਮ ਕੀਤੇ ਜਾਣ ਹਾਂ ਕਿ ਉਹਨਾਂ ਲਈ ਬਾਤ ਹੋਣ ਹਾਂ ਅਕਵਾ ਸਮੁੰਦਰ ਦੀਆਂ ਸਾਰੀਆਂ ਮਛੀਆਂ ਉਹਨਾਂ ਲਈ ਇਕੱਠੀਆਂ ਕੀਤੀਆਂ ਜਾਣ ਤਾਂ ਜੋ ਉਹ ਉਹਨਾਂ ਲਈ ਬਾਤ ਹੋਣ ਹਾਂ ਖੁਦਾ ਕਹਿੰਦਾ ਕਿ ਮੇਰਾ ਹੱਥ ਛੋਟਾ ਹੋ ਗਿਆ ਕਿ ਮੈਂ ਪੂਰਾ ਨਾ ਕਰਾਂ ਐਡੇ ਐਡੇ ਵੱਡੇ ਮੌਜੂਦੇ ਤੇਰੇ ਨਾਲ ਮੈਂ ਮਿਸਰ ਵਿੱਚ ਕੀਤੇ ਹਾਲੇਲੂਯਾ ਇੰਨੇ ਕੰਮ ਕੀਤੇ ਕਿ ਮੈਂ ਹੁਣ ਮੇਰਾ ਹੱਥ ਕਮਜ਼ੋਰ ਪੈ ਗਿਆ ਨਾ ਕਹਿੰਦਾ ਮੱਛੀਆਂ ਤੋਂ ਜਿਹੜੇ ਦੀ ਗੱਲ ਕਰ ਰਿਹਾ ਨਾ ਤੂੰ ਖੁਦਾ ਕਹਿੰਦਾ ਮੱਛੀਆਂ ਦੀ ਗੱਲ ਕੀਤੀ ਹੈ ਨਾ ਉਹਨੇ ਮੂਸਾ ਦੀ ਤੇਰੇ ਸਮੁੰਦਰ ਦੀਆਂ ਮੱਛੀਆਂ ਬਸ ਹੋ ਜਾਣਗੀਆਂ ਖਤਮ ਹੋ ਜਾਣਗੀਆਂ ਤਾਂ ਵੀ ਪੂਰਾ ਨਹੀਂ ਆਉਣਾ ਇਹਨਾਂ ਨੇ 6.5 ਲੱਖ ਪਿਆਦੇ ਆ ਆਦਮੀ ਆ ਤੇ ਔਰਤਾਂ ਦੇ ਬੱਚੇ ਕਿੰਨੇ ਆ ਹਾਲੇ ਲੋਹੀਆ ਹੁਣ ਹਿਸਾਬ ਲਾ ਲਓ ਇੱਧਰ ਤੇ ਉੱਧਰ ਹੈ ਨਾ ਇੱਦਾਂ ਹੀ ਸ਼ੁਰੂ ਤੋਂ ਚੱਲਦਾ ਹੁੰਦਾ ਭੈਣਾਂ ਹਮੇਸ਼ਾ ਹੀ ਸ਼ਕਤੀ ਵਿੱਚ ਜ਼ਿਆਦਾ ਹੁੰਦੀ ਹੈ ਹਾਲੇਲੂਯਾ ਹਾਲੇਲੂਯਾ ਤੇ ਜਿਹੜੇ 6 ਲੱਖ ਆਦਮੀ ਆ ਤੇ ਵੇ ਔਰਤਾਂ ਦੇ ਬੱਚੇ ਪਾ ਕੇ ਕਿੰਨੇ ਹੋਣਗੇ ਤੇ ਵਿਦਵਾਨ ਜਿਹੜੇ ਇਸ ਗੱਲ ਨੂੰ ਬਿਆਨ ਕਰਦੇ ਆ ਕਿ 20 ਲੱਖ ਤੋਂ ਵੀ ਉੱਪਰ ਹੋ ਸਕਦੇ ਆ ਹਾਲੇਲੂਯਾ ਤਾਂ ਹੀ ਮੂਸਾ ਘਬਰਾ ਗਿਆ ਕਿ ਨਾ ਕਿੱਥੋਂ ਇੱਜੜ ਜੋ ਹੈ ਉਹ ਵੀ ਖਤਮ ਹੋ ਜਾਏਗਾ ਬਸ ਹੋ ਜਾਏਗਾ ਉਹ ਵੀ ਨਹੀਂ ਪੂਰਾ ਹੋਣਾ ਇਹ ਤੇ 1-2 ਦਿਨਾਂ ਦੀ ਖੁਰਾਕ ਹੈ ਇਹਨਾਂ ਦੀ ਹਾਲੇਲੂਯਾ ਸਮੁੰਦਰ ਦੀਆਂ ਮੱਛੀਆਂ ਜਾਲ ਪਾ ਕੇ ਕੱਢਦੀਆਂ ਜਾਣ ਸਾਰੀਆਂ ਹੀ ਉਹ ਵੀ ਬਸ ਹੈ ਖਤਮ ਹੈ ਮੂਸਾ ਦਾ ਧਿਆਨ ਕਿੱਥੇ ਹੈ ਜੋ ਉਹਨਾਂ ਦੇ ਕੋਲ ਹੈ ਜਿਹੜਾ ਉਹਨਾਂ ਦੇ ਕੋਲ ਹੈ ਜਾਂ ਸਮੁੰਦਰ ਵਿੱਚ ਦਿਆ ਜਾਂ ਕਹਿੰਦੇ ਬੜਬੜੀਆਂ ਮੱਛੀਆਂ ਹੋਣਗੀਆਂ ਉਹ ਵੀ ਬਸ ਹੋ ਜਾਣੀਆਂ ਖਤਮ ਹੋ ਜਾਣੀਆਂ ਇੰਨਾ ਕਿੱਥੋਂ ਲਿਆਵਾਂਗੇ ਰੋਜ਼ ਹੀ ਸ਼ਿਕਾਰ ਲਈ ਨਿਕਲਣਾ ਪਵੇਗਾ ਇੱਜੜ ਸਾਡਾ ਖਤਮ ਹੋ ਜਾਏਗਾ ਜੋ ਕੋਲ ਹੈ ਉਹਦੇ ਵਿੱਚ ਯਕੀਨ ਕਰਕੇ ਕਿਹਾ ਖੁਦਾ ਨੇ ਕਿਹਾ ਨਹੀਂ ਇਹਨਾਂ ਵਿੱਚੋਂ ਕੁਛ ਵੀ ਨਹੀਂ ਹੈ ਮੇਰਾ ਹੱਥ ਛੋਟਾ ਨਹੀਂ ਕਿ ਮੈਨੂੰ ਮੀਟ ਨਾ ਦੇ ਸਕਾਂ ਹਾਲੇਲੂਯਾ ਕੀ ਖਵਾਇਆ ਉਹਨੇ ਖੁਦਾ ਨੇ ਉਹਨਾਂ ਨੇ ਬੋਲੋ ਬੋਲੋ ਬਟੇਰੇ ਕਿੰਨਿਆਂ ਨੇ ਬਟੇਰੇ ਦੇਖੇ ਆ ਬਟੇਰੇ ਦੇਖੇ ਨੀ ਵਾਹ ਹਾਲੇਲੂਯਾ ਪ੍ਰਭੂ ਦੀ ਬਾਣੀ ਚ ਲਿਖਿਆ ਪਰਮੇਸ਼ਰ ਨੇ ਇੱਕ ਹਵਾ ਵਗਾਈ ਔਰ ਉਹਨਾਂ ਦੇ ਡੇਰਿਆਂ ਦੇ ਬਟੇਰਿਆਂ ਦੇ ਢੇਰ ਲਾ ਦਿੱਤੇ ਖੁਦਾ ਨੇ ਹਾਲੇਲੂਯਾ ਉਹ ਇਕੱਠੇ ਕਰ ਲੈਂਦੇ ਸੀ ਤੇ ਹੱਥ ਉਹਨਾਂ ਦੇ ਆਉਂਦੇ ਸੀ ਇਹਨਾਂ ਦੇ ਜਿਹਨਾਂ ਨੇ ਆਪਣੇ ਆਪ ਨੂੰ ਕੀ ਕੀਤਾ ਪਵਿੱਤਰ ਕੀਤਾ ਫਿਰ ਵੀ ਲੋਕ ਹੰਬੜ ਗਏ ਫਿਰ ਵੀ ਕਹਿਣ ਲੱਗੇ ਕੱਲ੍ਹ ਨਹੀਂ ਕਰ ਲਈਏ ਪਰਸੋਂ ਨਹੀਂ ਇਕੱਠਾ ਕਰ ਲਈਏ ਹਨਾ
ਹਲੇਲੂਇਆ ਹਲੇਲੂਇਆ ਕੱਲ ਵੀ ਜਮਾ ਕਰ ਲਈਏ ਆਪਾਂ ਕਿਤੇ ਜਾਣਾ ਹੋਵੇ ਵਿਆਹ ਸ਼ਾਦੀ ਵਿੱਚ ਜਾਂ ਕਿਤੇ ਪ੍ਰੋਗਰਾਮ ਤੇ ਕਿਤੇ ਵੀ ਜਾਣਾ ਹੋਵੇ ਤਾਂ ਆਪਾਂ ਕਿਤੇ ਕੱਲ ਦਾ ਕੰਮ ਜਿਹੜਾ ਨਿਬੇੜ ਚੱਲੀਏ ਕੱਲ ਨੂੰ ਆਪਣੇ ਕੋਲ ਆਉਣ ਨਾ ਉਹ ਵੀ ਕਰ ਲਈਏ। ਉਹਨਾਂ ਦੇ ਮਨਾਂ ਵਿੱਚ ਵੀ ਆਇਆ ਜਦੋਂ ਉਹਨੇ ਦੇਖਿਆ ਕਾਫੀ ਹੈ, ਚਲੋ ਅੱਜ ਵੀ ਆਪਾਂ 5-5 ਕਿਲੋ ਹੀ ਖਾ ਸਕਦੇ ਹਾਂ, ਕੱਲ ਲਈ ਵੀ ਇਕੱਠੇ ਕਰ ਲਓ 10 ਕਿਲੋ ਕਰ ਲਓ। ਤੇ ਬਾਈਬਲ ਚ ਲਿਖਿਆ ਜਿਹੜਾ ਵਾਧੂ ਕੀਤਾ ਉਹਦੇ ਵਿੱਚ ਕੀੜੇ ਪੈ ਗਏ। ਹਲੇਲੂਇਆ ਹਲੇਲੂਇਆ। ਪਰਮੇਸ਼ਰ ਨੇ ਕਿਹਾ ਰੋਜ਼ ਦੀ ਰੋਜ਼ ਇਕੱਠਾ ਕਰੋ। ਹਲੇਲੂਇਆ ਹਲੇਲੂਇਆ। ਤਾਂ ਹੀ ਬਚਨ ਚ ਲਿਖਿਆ ਨਾ ਸੁਦਾ ਦੀ ਪ੍ਰਾਰਥਨਾ ਕੀ ਹੈ, ਉਹਦੇ ਵਿੱਚ ਇੱਕ ਸ਼ਬਦ ਆਉਂਦਾ ਹੈ ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਬਖਸ਼ ਦੇ, ਰੋਜ਼ ਦੀ ਰੋਜ਼। ਹਲੇਲੂਇਆ ਹਲੇਲੂਇਆ। ਸੋ ਖੁਦਾ ਨੇ ਇੰਤਜ਼ਾਮ ਕੀਤਾ, ਉਹਨਾਂ ਵਿੱਚੋਂ ਖੁਦਾ ਨੇ ਕਈਆਂ ਲੋਕਾਂ ਨੂੰ ਮੂਸਾ ਤੋਂ ਮਸਾ ਲੈ ਕੇ ਉਹਨਾਂ ਉੱਤੇ ਦਿੱਤਾ। ਅਗਰ ਚਾਹੁੰਦੇ ਹੋ ਅਸੀਂ ਕਈ ਵੀ ਕਹਿੰਦੇ ਇੱਦਾਂ ਹੀ ਆਸੋ ਪਾਸੋ ਸਾਨੂੰ ਮਸਾ ਮਿਲ ਜਾਵੇ, ਆਪਦੀ ਮਿਹਨਤ ਨਾਲ ਹੀ ਅਸੀਂ ਮਸਾ ਪਾਉਣਾ ਚਾਹੁੰਦੇ। ਖੁਦਾ ਨੇ ਆਖਿਆ ਨਹੀਂ, ਜੋ ਨਬੀ ਤੇ ਮਸਾ ਹੈ ਉਹ ਧਿਆਨ ਦਿੱਤੇ ਦੇਵਾਂਗਾ। ਹਲੇਲੂਇਆ ਹਲੇਲੂਇਆ। ਅਸੀਂ ਕਹਿੰਦੇ ਕੋਈ ਗੱਲ ਨਹੀਂ, ਆਪ ਹੀ ਰੋਜੇ ਵਰਤ ਰੱਖ ਕੇ ਹੁਣ ਮਸਾ ਪਾ ਲੈਣਾ, ਅਸੀਂ ਤਕੜੇ ਹੋ ਜਾਣਾ, ਆਪਣੀ ਸੰਗਤੀ ਆਪ ਵੀ ਖੜੀ ਕਰ ਲੈਣੀ ਹੈ। ਏਦਾਂ ਨਹੀਂ, ਖੁਦਾ ਨੇ ਕਿ ਤੇਰੇ ਨਾਲ ਖੜਾ ਕਰਾਂਗਾ, ਉਹ ਤੇਰੇ ਨਾਲ ਹੱਥ ਵੰਡਾਏਗਾ, ਤੇਰਾ ਭਾਰ ਹਲਕਾ ਕਰੇਗਾ। ਮੈਂ ਉਹਨੂੰ ਵੀ ਬਰਕਤ ਦਿਆਂਗਾ ਜਿਹਦੇ ਤੇ ਮੱਸਾ ਆ ਗਿਆ ਖੁਦਾ ਦਾ, ਉਹ ਕਿਤੇ ਸੱਖਣਾ ਰਹਿ ਜਾਏਗਾ, ਉਹ ਖਾਲੀ ਰਹੇਗਾ, ਉਹਨੂੰ ਕਮੀ ਰਹੇਗੀ, ਕਦੀ ਵੀ ਨਹੀਂ। ਹਲੇਲੂਇਆ ਹਲੇਲੂਇਆ। ਯਸ਼ਾਇਆ ਦੀ ਕਿਤਾਬ ਉਸਦਾ 3 ਅਧਿਆਏ, ਯਸ਼ਾਇਆ 3 ਉਸਦੀ 11 ਆਇਤ ਨੂੰ ਪੜ੍ਹੀਏ, ਸੁਣੀ 63 ਦੀ 11 ਆਇਤ ਔਰ 14 ਆਇਤ। ਖੁਦਾ ਨੇ ਚੱਕਿਆ ਸਾਨੂੰ ਕਿੱਥੇ ਲੈ ਕੇ ਆਇਆ। ਹਲੇਲੂਇਆ ਹਲੇਲੂਇਆ ਹਲੇਲੂਇਆ। ਕਿੱਦਾਂ ਦੇ ਹਾਲਾਤ ਵਿੱਚੋਂ ਕੱਢਿਆ ਖੁਦਾ ਨੇ, ਅੱਜ ਸਾਨੂੰ ਕਿੱਥੇ ਲਿਆਂਦਾ ਹੈ ਪਰਮੇਸ਼ਰ ਨੇ। ਜਿਵੇਂ ਜਿਵੇਂ ਅਸੀਂ ਕੰਮਾਂ ਧੰਦਿਆਂ ਵਿੱਚ ਜਾਂ ਉੱਪਰ ਵੱਧਦੇ ਹਾਂ, ਤਿਵੇਂ ਤਿਵੇਂ ਖੁਦਾ ਦੇ ਕੰਮਾਂ ਵਿੱਚ ਵੱਧਦੇ ਜਾਵਾਂਗੇ ਤੇ ਹੋਰ ਵਧਾਈ ਜਾਵੇਗਾ, ਕਦੀ ਕਮੀ ਰਹਿਣ ਨਹੀਂ ਦੇਵੇਗਾ। ਸਮੁੰਦਰ ਵਿੱਚ ਹੀ ਲਗਾਇਆ ਸੀ, ਜਿਹਨੇ ਏਡੇ ਏਡੇ ਵੱਡੇ ਚੰਬੇ ਕੀਤੇ, ਕਿਉਂ ਕੀਤੇ? ਕਿਉਂਕਿ ਮੂਸਾ ਨੇ ਖੁਦਾ ਦੀ ਮਰਜ਼ੀ ਨੂੰ ਪੂਰਾ ਕੀਤਾ। ਆਪਣੇ ਇੱਜੜ ਦੇ ਪਾਲੀ ਨੂੰ ਵੀ ਜਿਹੜਾ ਉਸਾ ਲੈ ਕੇ ਆ ਰਿਹਾ ਸੀ, ਜਿਹੜਾ ਜਾਲੀ ਬਣ ਕੇ ਲੈ ਕੇ ਆ ਰਿਹਾ ਸੀ, ਉਹਨੂੰ ਵੀ ਉਹਨੇ ਸੰਭਾਲਿਆ ਲੈ ਕੇ ਆਇਆ। ਹਾਂ,
ਕੋ ਕਿਤੇ ਹੈ ਜਿਹਨੇ ਆਪਣਾ ਪਵਿੱਤਰ ਆਤਮਾ ਉਹਨਾਂ ਦੇ ਅੰਦਰ ਪਾਇਆ? ਹਾਂ ਹਾਲੇਲੂਇਆ, ਜਿਹਨੇ ਆਪਣਾ ਪਵਿੱਤਰ ਆਤਮਾ ਉਹਨਾਂ ਦੇ ਅੰਦਰ ਪਾਇਆ। ਇਹ ਮੁਸ਼ਕਲ ਵਿੱਚ ਹੈ, ਪਰੇਸ਼ਾਨੀ ਵਿੱਚ ਯਾਦ ਕਰ ਰਹੇ ਹਨ ਮੂਸਾ ਦੇ ਉਸ ਪ੍ਰਾਚੀਨ ਸਮੇਂ ਨੂੰ, ਪਿਛਲੇ ਸਮੇਂ ਨੂੰ ਉਹ ਯਾਦ ਕਰ ਰਹੇ। ਕਿੱਥੇ ਹੈ ਉਹ ਪਰਮੇਸ਼ਰ ਜਿਹੜਾ ਸਮੁੰਦਰ ਦੇ ਵਿੱਚ ਦੀ ਸਾਨੂੰ ਕੱਢ ਕੇ ਲਿਆਇਆ? ਉਹ ਕਿੱਥੇ ਹੈ ਉਹ ਪਰਮੇਸ਼ਰ ਜਿਸਨੇ ਇੱਜੜ ਦੀ ਨਿਆਈ ਆਪਣੇ ਪਾਲੀ ਨੂੰ ਸਾਡੇ ਨਾਲ, ਆਜ਼ਾਦੀ ਨੂੰ ਸਾਡੇ ਨਾਲ ਨਾਲ ਘੱਲਿਆ ਸਾਨੂੰ ਸ਼ਿਕਸ਼ਾ ਦੇਣ ਦੇ ਲਈ? ਹਾਲੇਲੂਇਆ, ਹਾਲੇਲੂਇਆ। ਜਿਹਨੇ ਆਪਣੇ ਪ੍ਰਤਾਪਵਾਨ ਪੁਜਾ ਨੂੰ ਉਹਨਾਂ ਦੇ ਸੱਜੇ ਹੱਥ ਉੱਤੇ ਚਲਾਇਆ, ਜਿਹਨੇ ਉਹਨਾਂ ਦੇ ਅੱਗੇ ਪਾਣੀਆਂ ਨੂੰ ਪਾਲਿਆ, ਤਾਂ ਉਹ ਆਪਣੇ ਲਈ ਇੱਕ ਸੰਦੀਪਕ ਨਾਮ ਬਣਾਵੇ, ਜਿਹਨੇ ਡੁੰਗਿਆਈਆਂ ਦੇ ਵਿੱਚ ਉਹਨਾਂ ਦੀ ਅਗਵਾਈ ਕੀਤੀ। ਹਾਲੇਲੂਇਆ, ਹਾਲੇਲੂਇਆ। ਆਪਣੇ ਲਈ ਇੱਕ ਪ੍ਰਤਾਪਵਾਨ ਨਾਮ ਬਣਾਵੇ। ਤੁਹਾਨੂੰ ਉਹ ਚੰਗਾ ਇਸ ਲਈ ਕਰਨਾ ਕਿ ਤੁਹਾਡੇ ਤੇ ਮੇਰੇ ਵਿੱਚ ਬਹੁਤ ਖੂਬੀ ਹੈ, ਚੰਗੇ ਅਸੀਂ ਨਹੀਂ। ਪਰਮੇਸ਼ਰ ਜਦੋਂ ਮਨੁੱਖ ਮਾਨਵ ਜਾਤੀ ਤੇ ਨਿਗਾਹ ਮਾਰਦਾ ਤੇ ਉਹ ਕਹਿੰਦਾ ਇੱਕ ਵੀ ਠੀਕ ਨਹੀਂ ਹੈ, ਇੱਕ ਵੀ ਸਿੱਧ ਪੁਰਸ਼ ਨਹੀਂ ਹੈ। ਹਾਲੇਲੂਇਆ। ਸ੍ਰਿਸ਼ਟੀ ਗੀਤ ਵਿੱਚ ਲਿਖਿਆ ਹੈ, ਪਰਮੇਸ਼ਰ ਦੇ ਵਚਨ ਵਿੱਚ ਕਹਿੰਦਾ ਜਦੋਂ ਮੈਂ ਨਿਗਾਹ ਮਾਰੀ ਤੇ ਮੈਨੂੰ ਆਦਮੀਆਂ ਵਿੱਚ ਕੋਈ ਵੀ ਧਰਮੀ ਨਹੀਂ ਲੱਭਾ, ਸਿਰਫ ਇੱਕ ਮਨੁੱਖਾਂ ਵਿੱਚੋਂ ਸਿਰਫ ਇੱਕ। ਹਾਲੇਲੂਇਆ। ਕੋਈ ਸਿੱਧ ਪੁਰਸ਼ ਨਹੀਂ ਮਿਲਿਆ, ਇੱਕ ਮਿਲਿਆ, ਉਹ ਕਿਹੜਾ? ਪ੍ਰਭੂ ਯਿਸੂ ਮਸੀਹ। ਹਾਲੇਲੂਇਆ। ਜੋ ਮਨੁੱਖ ਦੀ ਸ਼ਕਲ ਵਿੱਚ ਆ ਕੇ ਆਇਆ, ਉਹਨੇ ਮਨੁੱਖ ਤੋਂ ਬਦਨਾਮੀ ਜਿਹੜੀ ਸੀ, ਦਾਗ ਜਿਹੜਾ ਸੀ, ਉਹਨੇ ਉਹਨੂੰ ਚੱਕ ਦਿੱਤਾ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਅੱਜ ਦਾ ਦਿਨ ਮੇਰੇ ਅਜ਼ੀਜ਼ੋ, ਤੁਹਾਡੇ ਤੇ ਮੇਰੇ ਲਈ ਪਰਮੇਸ਼ਰ ਨੇ ਕਿਹੜਾ ਦਿਨ ਰੱਖਿਆ ਹੈ? ਆਰਾਮ ਦਾ ਦਿਨ, ਆਰਾਮ ਨਾਲ ਬੈਠ ਕੇ ਸੁਣਨ ਦਾ ਦਿਨ, ਆਰਾਮ ਨਾਲ ਬੈਠ ਕੇ ਸਿੱਖਣ ਦਾ ਦਿਨ, ਆਰਾਮ ਨਾਲ ਬੈਠ ਕੇ ਪਰਮੇਸ਼ਰ ਦੀ ਮਹਿਮਾ ਕਰਨ ਦਾ ਦਿਨ। ਅਸਲੀ ਨੇ ਇਹ ਵੀ ਬਹੁਤ ਔਖਾ ਕੰਮ ਹੈ। ਇਹ ਔਖਾ ਤਾਂ ਲੱਗਦਾ ਸਾਨੂੰ ਕਿਉਂਕਿ ਜੇ ਅਸੀਂ ਦੁਨੀਆਦਾਰੀ ਦਾ ਕੰਮ ਕਰੀਏ ਤਾਂ ਸਾਨੂੰ ਸੌਖਾ ਲੱਗਦਾ ਹੈ, ਭਾਵੇਂ ਇਸ ਤੋਂ ਕੱਟਣ ਹੋਵੇ, ਕਈ ਫੜਨੀ ਪਵੇ, ਭੈਣਾਂ ਨੂੰ ਅੱਗ ਗਾੜੀ ਬੈਠ ਕੇ ਰੋਟੀਆਂ ਪਕਾਉਣ ਦੇ ਲਈ 2 ਘੰਟੇ 3 ਘੰਟੇ 3 ਘੰਟੇ ਗਰਮੀ ਵਿੱਚ ਬੈਠਣਾ ਪਵੇ, ਉਹ ਕੋਈ ਔਖਾ ਨਹੀਂ ਲੱਗਦਾ। ਪਰ ਬੰਦਗੀ ਕਰਨੀ ਕੀ ਲੱਗਦੀ ਹੈ? ਔਖੀ ਲੱਗਦੀ ਹੈ। ਕਿਉਂ? ਕਿਉਂਕਿ ਤੁਸੀਂ ਇੱਕ ਦੂਜੇ ਦਾ ਬੋਝ ਚੱਕ ਰਹੇ ਹੋ, ਇੱਕ ਦੂਜੇ ਦੇ ਲਈ ਤੁਸੀਂ ਪ੍ਰਾਰਥਨਾ ਦੇ ਲਈ ਮਨ ਬਣਾ ਰਹੇ ਹੋ। ਸ਼ੈਤਾਨ ਨਹੀਂ ਚਾਹੁੰਦਾ ਕਿ ਤੁਸੀਂ ਕੀ ਕਰੋ, ਇਹ ਪ੍ਰਾਰਥਨਾ ਕਰੋ ਇੱਕ ਦੂਜੇ ਲਈ, ਛੁਟਕਾਰਾ ਪਾਓ ਪਰਮੇਸ਼ਰ ਤੋਂ। ਹਾਲੇਲੂਇਆ, ਹਾਲੇਲੂਇਆ। ਤੁਹਾਨੂੰ ਮਨ ਬਣਾਉਣਾ ਹੈ ਪਰਮੇਸ਼ਰ ਦੇ ਲਈ। ਕੀ ਕਰਨਾ ਹੈ? ਮਨ ਬਣਾਉਣਾ ਹੈ। ਇਹ ਪਰਮੇਸ਼ਰ ਮੈਨੂੰ ਆਪਣੀ ਇੱਛਾ ਪੂਰੀ ਕਰਨੀ ਸਿਖਾ। ਬੋਲੋ ਬੋਲੋ ਪਿੱਛੇ। ਹੇ ਪਰਮੇਸ਼ਰ, ਆਪਣੀ ਮਰਜ਼ੀ ਪੂਰੀ ਕਰਨੀ ਮੈਨੂੰ ਸਿਖਾ। ਆਪਣਾ ਨੇਕ ਆਤਮਾ ਮੇਰੇ ਵਿੱਚ ਪਾ। ਹਾਲੇਲੂਇਆ, ਹਾਲੇਲੂਇਆ। ਜਦੋਂ ਉਹਦਾ ਨੇਕ ਆਤਮਾ ਤੁਹਾਡੇ ਵਿੱਚ ਆ ਗਿਆ ਤਾਂ ਤੁਹਾਨੂੰ ਕਹਿਣ ਦੀ ਜ਼ਰੂਰਤ ਨਹੀਂ ਪੈਣੀ,
ਆਪਣੇ ਆਪ ਹੀ ਤੁਹਾਡੇ ਹੱਥ ਤਾਲੀ ਲਈ ਖੁੱਲਣੇ, ਆਪਣੇ ਆਪ ਹੀ ਤੁਹਾਡਾ ਮੂੰਹ ਪਰਮੇਸ਼ਰ ਦੀ ਮਹਿਮਾ ਲਈ ਖੁੱਲਣਾ ਹੈ, ਆਪਣੇ ਆਪ ਹੀ ਉਹਨੇ ਤੁਹਾਡੇ ਮਨ ਨੂੰ ਸ਼ੁੱਧ ਕਰਨਾ, ਆਪਣੇ ਆਪ ਹੀ ਉਹਨੇ ਤਿਆਰ ਕਰ ਲੈਣਾ ਕਿ ਕਿਹੜੇ ਕੰਮ ਲਈ ਤੁਸੀਂ ਪ੍ਰਾਰਥਨਾ ਕਰਨੀ ਤੇ ਮੈਂ ਤੁਰੰਤ ਸੁਣਨੀ ਹੈ। ਹਾਲੇਲੂਇਆ। ਕਈ ਪ੍ਰਾਰਥਨਾ ਸੀ ਕਈ ਸਮੇਂ ਤੋਂ ਕਰਦੇ ਉਹਨੇ ਖੁਦਾ ਸੁਣਦਾ ਨਹੀਂ, ਪਰ ਉਹਨੇ ਏਦਾਂ ਵੀ ਆਪਣੇ ਨੇਕ ਆਤਮਾ ਦੇ ਦੁਆਰਾ ਪ੍ਰਾਰਥਨਾ ਕਰਨੀ ਸਿਖਾਲ ਦੇਣੀ ਆ, ਤੁਸੀਂ ਬੋਲਣਾ ਤੇ ਖੁਦਾ ਨੇ ਪੂਰਾ ਕਰ ਦੇਣਾ। ਤੇਰੀਆਂ ਵਿਧੀਆਂ ਤੇ ਚੱਲਾਂ, ਆਪਣਾ ਨੇਕ ਆਤਮਾ ਮੇਰੇ ਵਿੱਚ ਪਾ, ਤਾਂ ਕਿ ਮੈਂ ਦੁਖੀਆਂ ਦੇ ਲਈ ਕਿਸੇ ਨਾਲ ਬਿਨਾਂ ਨਫ਼ਰਤ ਤੋਂ, ਬਿਨਾਂ ਜਿਲਸ ਤੋਂ, ਬਿਨਾਂ ਜਿਲਸ ਕਰਨ ਤੋਂ ਮੈਂ ਦੂਜਿਆਂ ਦੀ ਪ੍ਰਾਰਥਨਾ ਕਰਾਂ ਤੇ ਤੂੰ ਸੁਣੇ। ਹਾਲੇਲੂਇਆ, ਹਾਲੇਲੂਇਆ। ਨਫ਼ਰਤ ਨਹੀਂ, ਮੈਂ ਪਿਆਰ ਕਰਾਂ ਇੱਕ ਦੂਸਰੇ ਨੂੰ, ਇਹੀ ਖੁਦਾ ਦਾ ਨੇਕ ਆਤਮਾ ਹੈ। ਹਾਲੇਲੂਇਆ। ਅਗਰ ਚਾਹੁੰਦੇ ਹੋ ਤਾਂ ਇਸ ਆਇਤ ਨੂੰ ਆਪਣੇ ਮਨਾਂ ਵਿੱਚ ਯਾਦ ਰੱਖੀਏ। ਕਿਹੜੀ ਆਇਤ? ਜ਼ਬੂਰ 143 ਉਹਦੀ 10 ਆਇਤ। ਕੀ ਲਿਖਿਆ ਹੈ? ਇਹ ਪਰਮੇਸ਼ਰ ਮੈਨੂੰ ਆਪਣੀ ਮਰਜ਼ੀ ਪੂਰੀ ਕਰਨੀ ਸਿਖਾਲ। ਹਾਲੇਲੂਇਆ। ਤੂੰ ਆਪਣਾ ਨੇਕ ਆਤਮਾ ਮੇਰੇ ਵਿੱਚ ਪਾ, ਕਿਉਂਕਿ ਆਤਮਾ ਤੋਂ ਬਿਨਾਂ ਅਸੀਂ ਉਹਦੀ ਮਰਜ਼ੀ ਨੂੰ ਪੂਰਾ ਨਹੀਂ ਕਰ ਸਕਦੇ। ਉਹਦੇ ਆਤਮਾ ਤੋਂ ਬਿਨਾਂ ਇੱਕ ਦੂਜੇ ਦੀ ਨਿੰਦਿਆ ਕਰ ਸਕਦੇ, ਚੁਗਲੀ ਕਰ ਸਕਦੇ ਹਾਂ। ਉਹਦੇ ਆਤਮਾ ਤੋਂ ਬਿਨਾਂ ਅਸੀਂ ਬੈਠ ਕੇ ਇੱਕ ਦੂਜੇ ਦੀ ਪ੍ਰਾਰਥਨਾ ਨਹੀਂ ਕਰ ਸਕਦੇ। ਜਦੋਂ ਉਹਦਾ ਆਤਮਾ ਸਾਡੇ ਵਿੱਚ ਆਏਗਾ, ਜਿੱਥੇ ਅਸੀਂ ਚੁਗਲੀ ਲਈ ਮੂੰਹ ਖੋਲਦੇ ਹਾਂ, ਉੱਥੇ ਅਸੀਂ ਪਰਮੇਸ਼ਰ ਦੀ ਮਹਿਮਾ ਲਈ ਮੂੰਹ ਖੋਲਾਂਗੇ, ਪਰਮੇਸ਼ਰ ਦੇ ਅਗਰੇ ਕਰੀ ਉਹਦੇ ਲਈ ਪ੍ਰਾਰਥਨਾ ਲਈ ਮੂੰਹ ਖੋਲਾਂਗੇ ਕਿ ਪਰਮੇਸ਼ਰ ਤੂੰ ਇਸ ਭਾਈ ਨੂੰ, ਇਸ ਭੈਣ ਨੂੰ ਬਰਕਤ ਦੇ, ਤਾਂ ਕਿ ਤੁਸੀਂ ਖੁਦ ਵੀ ਬਰਕਤ ਦੇ ਵਾਰਸ ਬਣ ਜਾਓਗੇ। ਜੋ ਵੰਡੋਗੇ ਉਹ ਤੁਹਾਨੂੰ ਮਿਲੇਗਾ। ਜਿਹੜਾ ਵੰਡਣੀ ਦੀ ਚੀਜ਼ ਉਹ ਕਿੱਥੋਂ ਆਉਣੀ ਆਪਣੇ ਕੋਲ? ਜਿਹੜੀ ਚੀਜ਼ ਆਪਾਂ ਵੰਡਦੇ ਹਾਂ ਉਹਨੂੰ ਹੀ ਆਪਾਂ ਲਿਆਵਾਂਗੇ ਨਾ ਆਪਣੇ ਕੋਲ। ਹਾਲੇਲੂਇਆ, ਹਾਲੇਲੂਇਆ। ਜੋ ਵੰਡੋਗੇ ਉਹ ਮਿਲੇਗਾ, ਜੇ ਬਰਕਤ ਵੰਡੋਗੇ ਤੇ ਬਰਕਤ ਜ਼ਿਆਦੀ ਮਿਲੇਗੀ। ਇਸ ਲਈ ਉਹਨੂੰ ਕਹੋ ਆਪਣਾ ਨੇਕ ਆਤਮਾ ਮੈਨੂੰ ਦੇ, ਮੈਨੂੰ ਸਿਖਾਲ ਕਿ ਮੈਂ ਕਿਹਨੇ ਤੇਰੀ ਮਰਜ਼ੀ ਨੂੰ ਪੂਰਾ ਕਰਾਂ। ਬਚਨ ਬਹੁਤ ਹੈ, ਟਾਈਮ ਲਾਸਟ ਨਹੀਂ ਦਿੰਦਾ। ਆਈਏ ਅਸੀਂ ਆਪਣੇ ਬਾਈਬਲ ਇੱਕ ਸਾਈਡ ਰੱਖ ਕੇ ਆਪਣੇ ਆਪ ਨੂੰ ਪਰਮੇਸ਼ਰ ਦੇ ਲਈ ਤਿਆਰ ਕਰੀਏ। ਤਾਰੀਫ ਹਾਲੇਲੂਇਆ। ਜਾਗ ਵਜਨ ਨੂੰ ਕਹੇ, ਹੇ ਪ੍ਰਭੂ ਮੈਨੂੰ ਸਿਖਾਲ ਕਿ ਕਿਵੇਂ ਮੈਂ ਤੇਰੀ ਇੱਛਾ ਨੂੰ, ਕਿਵੇਂ ਤੇਰੀ ਮਰਜ਼ੀ ਨੂੰ ਪੂਰਾ ਕਰਾਂ। ਪੂਰਾ ਬਾਬਾ 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 ਸ਼ੰਦਰ ਖਾਤਾ ਨਾ 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 ਸਮਰਥੀ ਪਿਤਾ ਪਰਮੇਸ਼ਰ ਤੇਰਾ ਧੰਨਵਾਦ, ਯਿਸੂ ਤੇਰਾ ਧੰਨਵਾਦ, ਤੇਰਾ ਸਮਰਥੀ ਹੱਥ ਖੁਦਾ ਹੁੰਦਾ, ਤੇਰੇ ਬੇਟੇ ਬੇਟੇ ਤੇ ਹੋਵੇ ਖੁਦਾ ਹੁੰਦਾ, ਇਹਨਾਂ ਦੇ ਮਨਾਂ ਤੇ ਦਿਲ ਦਿਮਾਗ ਤੇ ਰਾਜ ਕਰ। ਪਿਤਾ ਪਰਮੇਸ਼ਰ ਆਪਣੀ ਮਰਜ਼ੀ ਆਪਣੀ ਇੱਛਾ ਪੂਰੀ ਕਰਨੀ ਸਿਖਾਲ ਆਪਣੇ ਬੇਟੇ ਬੇਟਿਆਂ ਨੂੰ। ਪਿਤਾ ਤੇਰਾ ਧੰਨਵਾਦ ਕਰਦੇ ਹਾਂ, ਧੰਨਵਾਦ ਕਰਦੇ ਪ੍ਰਭੂ। ਪਿਤਾ ਪਰਮੇਸ਼ਰ ਤੇਰੀ ਬਾਣੀ ਚ ਲਿਖਿਆ ਹੈ ਖੁਦਾ ਮਨ, ਜਦੋਂ ਕਿਸੇ ਦੀ ਇੱਛਾ ਪੂਰੀ ਹੁੰਦੀ ਹੈ ਉਹਦੇ ਮਨ ਨੂੰ ਮਿੱਠਾ ਲੱਗਦਾ ਹੈ। ਪ੍ਰਭੂ ਮੈਂ ਚਾਹੁੰਦਾ ਹਾਂ ਕਿ ਤੂੰ ਆਪਣੀ ਮਰਜ਼ੀ ਆਪਣੀ ਇੱਛਾ ਪੂਰੀ ਕਰਨੀ ਸਾਨੂੰ ਸਿਖਾਲ, ਕਿਉਂਕਿ ਤੇਰੀ ਇਹੀ ਮਰਜ਼ੀ ਹੈ ਕਿ ਅਸੀਂ ਇੱਕ ਦੂਜੇ ਦੇ ਲਈ ਪ੍ਰਾਰਥਨਾ ਕਰੀਏ। ਤੇਰੇ ਵਚਨ ਦੇ ਵਿੱਚ ਖੁਦਾਵੰਦ ਸਲੂਕੀਆਂ 5:18 ਦੇ ਵਿੱਚ ਲਿਖਿਆ ਹੈ
ਹਰ ਹਾਲ ਵਿੱਚ ਧੰਨਵਾਦ ਕਰੋ, ਕਿਉਂਕਿ ਮਸੀਹ ਯਿਸੂ ਦੇ ਵਸੀਲੇ ਨਾਲ ਪਰਮੇਸ਼ੁਰ ਦੀ ਇਹੋ ਇੱਛਾ ਹੈ ਕਿ ਤੁਸੀਂ ਦੁੱਖ ਵਿੱਚ ਸੁੱਖ ਵਿੱਚ ਧੰਨਵਾਦ ਕਰਦੇ ਹੋਏ ਇੱਕ ਦੂਜੇ ਦੇ ਲਈ ਪ੍ਰਾਰਥਨਾ ਕਰੋ, ਉਹਦੀ ਇੱਛਾ ਨੂੰ ਪੂਰਾ ਕਰੋ, ਉਹਦੀ ਮਰਜ਼ੀ ਨੂੰ ਪੂਰਾ ਕਰੋ, ਤਾਂ ਤੁਹਾਡੀ ਜ਼ਰੂਰ ਤੁਹਾਡੀ ਇੱਛਾ ਪੂਰੀ ਕਰੇਗਾ। ਇੰਤਰਾ ਬਾਬਾ ਸ਼ਖਾ ਦਾ ਰਮਾ ਨਮਾ ਸਭ ਤਿਆਰ ਹੋ ਜਾਏ, ਖੜੇ ਹੋ ਜਾਏ ਸਭ ਆਪਣੀ ਆਪਣੀ ਜਗ੍ਹਾ, ਆਪਣੇ ਆਪ ਨੂੰ ਪਰਮੇਸ਼ੁਰ ਦੇ ਹੱਥਾਂ ਸਮਰਪਿਤ ਕਰੇ, ਆਪਣੇ ਆਪ ਨੂੰ ਪਰਮੇਸ਼ੁਰ ਦੇ ਹੱਥਾਂ ਵਿੱਚ ਲੈ। ਜਲਾਲੀ ਪਰਮੇਸ਼ੁਰ
ਸੁਨਤ ਪਰ ਚੱਲਣ ਲਿਆ ਸਾਡੇ ਬਾਪ ਤੂੰ ਜੋ ਸਮਾਨ ਦੇ ਹੈ ਤੇਰਾ ਨਾਮ ਪਾਕ ਮੰਨਿਆ ਗਿਆ ਤੇਰਾ ਨਾਮ ਸਾਡੇ ਕਿਹਦੇ ਬਦਲੇ ਸੁਨਤ ਪੂਰੀ ਹੁੰਦੀ ਜ਼ਮੀਨ ਤੇ ਹੁੰਦੇ ਸਾਡੇ ਨਾਮ ਦੇ ਹੁੰਦੇ ਹਰ ਸਭ ਵਰਸ਼ ਦੇ ਸਮੇਂ ਸਭ ਸਭ ਮਾਸ ਦਾ ਜਿਹੜੇ ਸਭ ਦੇ ਸਮੇਂ ਨੂੰ ਮਾਸ ਦਿੱਤਾ ਸਮੇਂ ਜ਼ਿਬੈਸ਼ ਦੇ ਨਾ ਪਾ ਬਲਕਿ ਬੜਾ ਇੱਕ ਪੁੱਛਿਆ ਤੋ ਜੋ ਕੁਦਰਤ ਦੇ ਦਿਲਾ ਮੇਰੇ ਸ਼ਬਦ ਦੇ ਸਮੇਂ ਤੁਹਾਡਾ ਨਾਮ ਮਾਸ ਦਿੱਤਾ ਆਮੀਨ ਆਮੀਨ ਸਭ ਆਪਣੀ ਆਪਣੀ ਜਗ੍ਹਾ ਬੈਠ ਜਾਏ ਔਰ ਪਿੰਡਾਂ ਪਿੰਡਾਂ ਨੂੰ ਭਾਈ ਭਾਈ ਸਲਾਮ।